ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾ ਸਮਾਏ ਸਾਡੇ ਘਰ ਤਸ਼ਰੀਫ ਲਿਆਇਆਂ ਨੂੰ ਮੇਰੇ ਵੱਲੋਂ ਆਪ ਸਾਰਿਆਂ ਨੂੰ ਬਹੁਤ ਪਿਆਰ ਦੇ ਨਾਲ ਜੀ ਆਇਆਂ ਨੂੰ ਪ੍ਰੋਗਰਾਮ ਪੰਜਾਬੀ ਵਿਰਸਾ ਔਰ ਪ੍ਰੋਗਰਾਮ ਪੰਜਾਬੀ ਵਿਰਸਾ ਜੋ ਕਿ ਅਸੀਂ ਹਮੇਸ਼ਾ ਲੈ ਕੇ ਆਉਂਦੇ ਹਾਂ ਤੁਹਾਡੇ ਵਾਸਤੇ ਹਰ ਮੰਗਲਵਾਰ ਵਾਲੇ ਦਿਨ ਸ਼ਾਮ ਨੂੰ 8 ਵਜੇ ਜਦੋਂ ਕਿ ਸਾਰੇ ਪੰਜਾਬੀ ਆਪਣੇ ਮੰਜੇ ਡਾਹ ਕੇ ਟੀਵੀ ਸਕਰੀਨਸ ਦੀਆਂ ਅੱਗੇ ਆ ਕੇ ਬੈਠ ਜਾਂਦੇ ਨੇ ਸੱਜ ਕੇ ਔਰ ਕਿਉਂ ਬੈਠਦੇ ਨੇ ਕਿਉਂਕਿ ਆਪਣੇ ਅਸੀਂ ਪੰਜਾਬ ਦੀਆਂ ਗੱਲਾਂ ਯੂ ਕਰਨੀਆਂ ਹੋਈਆਂ ਆਪਣੀ ਪੰਜਾਬੀਅਤ ਦੀਆਂ ਗੱਲਾਂ ਕਰਨੀਆਂ ਹੋਈਆਂ ਆਪਣੇ ਵਿਰਸੇ ਨੂੰ ਜਿਉਂਦਾ ਰੱਖਣ ਵਾਸਤੇ ਅਸੀਂ ਕੋਈ ਹੱਲਾ ਜੂ ਬੋਲਣਾ ਹੋਇਆ ਆਪਣੇ ਵਿਰਾਸਤ ਦੇ ਬਾਰੇ ਲੋਕਾਂ ਨੂੰ ਵੀ ਦੱਸਣਾ ਹੋਇਆ ਅਤੇ ਇਹ ਜਿਹੜੀਆਂ ਗੱਲਾਂ ਨੇ ਅਸੀਂ ਇੱਕ ਜਣਾ ਬੈਠ ਕੇ ਤਾਂ ਕਰ ਨਹੀਂ ਸਕਦਾ ਇਸ ਕਰਕੇ ਮੈਂ ਇਸ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਅਸੀਂ ਆਪਣੇ ਸਮਾਜ ਦੇ ਜਾਂ ਆਪਣੀ ਸੁਸਾਇਟੀ ਦੇ ਉਹਨਾਂ ਲੋਕਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰੀਏ ਜੋ ਕਿ ਸਾਡੇ ਸਾਰਿਆਂ ਦੇ ਵਾਸਤੇ ਐਗਜ਼ਾਮਪਲ ਬਣੇ ਹੋਏ ਨੇ ਉਦਾਹਰਣ ਬਣੇ ਹੋਏ ਨੇ ਸਿੰਗਰਸ ਇਸ ਪ੍ਰੋਗਰਾਮ ਦੇ ਵਿੱਚ ਆਉਂਦੇ ਨੇ ਆਰਟਿਸਟ ਆਉਂਦੇ ਨੇ ਕਦੀ ਅਸੀਂ ਭੰਗੜੇ ਵਾਲਿਆਂ ਨੂੰ ਬੁਲਾਉਂਦੇ ਹਾਂ ਕਦੀ ਅਸੀਂ ਗਿੱਧੇ ਵਾਲਿਆਂ ਨੂੰ ਬੁਲਾਉਂਦੇ ਹਾਂ ਅਤੇ ਅੱਜ ਇੱਕ ਐਸੇ ਸ਼ਖਸ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣ ਰਹੇ ਨੇ ਨਾ ਤਾਂ ਉਹ ਗਾਉਂਦੇ ਨੇ ਨਾ ਉਹ ਭੰਗੜੇ ਪਾਉਂਦੇ ਨੇ ਅਤੇ ਤੁਸੀਂ ਹੁਣ ਸੋਚੋਗੇ ਵੀ ਇਹ ਕਿਸ ਤਰ੍ਹਾਂ ਦਾ ਇਨਸਾਨ ਹੈ ਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣ ਰਿਹਾ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਇਹਨਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਕੇ ਇਹ ਕੌਣ ਨੇ ਬਈ ਇਹ ਉਹ ਨੇ ਜਿਨ੍ਹਾਂ ਦੀ ਸੂਰਤ ਬਹੁਤ ਪਿਆਰੀ ਔਰ ਸੀਰਤ ਉਸ ਤੋਂ ਵੀ ਜ਼ਿਆਦਾ ਪਿਆਰੀ ਉਮਰ ਦੇ ਵਿੱਚ ਦੋ ਨੰਬਰ ਨਹੀਂ ਲੱਗਦੇ ਹੁਣ 3 ਨੰਬਰ ਲੱਗਦੇ ਨੇ ਯਾਨੀ 100 ਤੋਂ ਉੱਪਰ ਇਹਨਾਂ ਦੀ ਉਮਰ ਹੋ ਚੁੱਕੀ ਹੈ ਔਰ ਸਭ ਤੋਂ ਜਿਹੜੀ ਪਿਆਰੀ ਗੱਲ ਹੈ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਕਿ ਜਿਹੜਾ ਪਿੰਡ ਇਹਨਾਂ ਦਾ ਹੈ ਉਸੇ ਹੀ ਪਿੰਡ ਦੀ ਮੈਂ ਨੂੰਹ ਹਾਂ ਅਤੇ ਮੇਰਾ ਮਾਣ ਜਿਹੜਾ ਹੈ ਹੋਰ ਵੀ ਵੱਧ ਜਾਂਦਾ ਹੈ ਅਤੇ ਕੁਝ ਲੋਕ ਜਿਹੜੇ ਨੇ ਜੋ ਕਿ ਸਾਡੀ ਮਸ਼ਹੂਰੀ ਜਿਹੜੀ ਚੱਲ ਰਹੀ ਸੀ ਉਸ ਨੂੰ ਦੇਖ ਰਹੇ ਸਨ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਮੈਂ ਕਿਹਨਾਂ ਦੀ ਗੱਲ ਕਰ ਰਹੀ ਹਾਂ ਆਓ ਅਸੀਂ ਸਭ ਰਲ ਮਿਲ ਕੇ ਸਵਾਗਤ ਕਰੀਏ ਬਾਬਾ ਫੌਜਾ ਸਿੰਘ ਜੀ ਦਾ ਬਾਬਾ ਫੌਜਾ ਸਿੰਘ ਜੀ ਬਹੁਤ ਬਹੁਤ ਜੀ ਆਇਆਂ ਨੂੰ ਬਹੁਤ ਪਿਆਰ ਨਾਲ ਤੁਹਾਨੂੰ ਸਤਿ ਸ਼੍ਰੀ ਅਕਾਲ ਮੈਂ ਕਹਿੰਦਾ ਸਾਰੀ ਪਬਲਿਕ ਜਿੱਥੇ ਤਾਈਂ ਸੁਣਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਤਿ ਸ਼੍ਰੀ ਅਕਾਲ ਮੈਂ ਬੇਟਾ ਤੈਨੂੰ ਵੀ ਬਹੁਤ ਚੰਗੀ ਸਮਝਦਾ ਮੈਂ ਉਡੀਕਦਾ ਸੀਗਾ ਵੀ ਸਾਡੀ ਪੋਤੀ ਵੀ ਕਦੀ ਬੁਲਾਊਗੀ ਬੜਾ ਮੈਂ ਖੁਸ਼ ਹੋਇਆ ਵੀ ਆਪਣੇ ਘਰ ਆਣ ਕੇ ਕਿਉਂ ਮੈਂ ਸਾਰੀ ਦੁਨੀਆ 'ਤੇ ਜਿੰਨਾ ਕੁ ਮੈਂ ਬੋਲਦਾ ਮੈਂ ਕੋਈ ਐਡਾ ਕਲੈਵਰ ਨਹੀਂ ਪੜ੍ਹਿਆ ਨਹੀਂ ਕੋਈ ਗਲਤ ਵੀ ਮੇਰੇ ਤੋਂ ਬੋਲ ਹੋ ਜਾਏ ਤਾਂ ਵੀ ਮਾਫ਼ ਕਰਨਾ ਤਾਂ ਜਿੰਨਾ ਕੁ ਮੇਰਾ ਦਿਮਾਗ ਹੈਗਾ ਸੱਚੀ ਗੱਲ ਮੈਨੂੰ ਪੁੱਛੂਗੀ ਤਾਂ ਮੈਂ ਦੱਸੂੰਗਾ ਸਾਰੇ ਲੋਕ ਬਹੁਤ ਸੋਹਣਾ ਸੁਣਨਗੇ ਸਾਰੇ ਲੋਕ ਜਿਉਂਦੇ ਰਹਿਣ ਜੋ ਮੇਰੇ ਭੈਣ ਭਰਾਈ ਪੁੱਤ ਪੋਤੇ ਸਭ ਪਬਲਿਕ ਇੱਥੇ ਪੰਜਾਬ ਨਾਲੋਂ ਜ਼ਿਆਦਾ ਅੱਜ ਜਿਹੜੇ ਲੋਕ ਨੇ ਉਹ ਬਹੁਤ ਖੁਸ਼ ਨੇ ਕਿਉਂਕਿ ਦੇਖੋ ਜਿਹੜੇ ਸਾਡੇ ਬਜ਼ੁਰਗ ਹੁੰਦੇ ਨੇ ਬਜ਼ੁਰਗਾਂ ਦੇ ਨਾਲ ਜਿਹੜੀ ਗੱਲਬਾਤ ਹੁੰਦੀ ਹੈ ਕਿਉਂਕਿ ਕੁਝ ਅਸੀਂ ਸਿੱਖਿਆਵਾਂ ਲੈਣੀਆਂ ਹੁੰਦੀਆਂ ਨੇ ਕਿਤਾਬਾਂ ਪੜ੍ਹ ਕੇ ਕੁਝ ਅਸੀਂ ਟੀਵੀ ਦੇਖ ਕੇ ਲੈਣੀਆਂ ਹੁੰਦੀਆਂ ਨੇ ਕੁਝ ਅਸੀਂ ਮਤਲਬ ਸਾਡੇ ਲੈਕਚਰਸ ਹੁੰਦੇ ਨੇ ਉਹਨਾਂ ਵਿੱਚੋਂ ਅਸੀਂ ਕੋਈ ਸਿੱਖਿਆ ਲੈਣੀ ਹੁੰਦੀ ਹੈ ਪਰ ਜਿਹੜੀ ਸਭ ਤੋਂ ਵੱਡੀ ਸਿੱਖਿਆ ਸਾਨੂੰ ਮਿਲਦੀ ਉਹ ਸਾਡੇ ਬਜ਼ੁਰਗਾਂ ਤੋਂ ਮਿਲਦੀ ਹੈ ਕਿਉਂਕਿ ਉਹਨਾਂ ਨੇ ਜ਼ਿੰਦਗੀ ਨੂੰ ਜੀਆ ਹੁੰਦਾ ਔਰ ਉਹਦੇ ਵਿੱਚੋਂ ਤੱਤ ਕੱਢੇ ਹੁੰਦੇ ਨੇ ਸੋ ਅੱਜ ਅਸੀਂ ਇਹ ਜਿਹੜਾ ਘੰਟਾ ਹੈ ਇਹਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਜਿਹੜੇ ਐਕਸਪੀਰੀਅੰਸਿਸ ਨੇ ਉਹ ਅਸੀਂ ਬਾਕੀ ਸਾਰਿਆਂ ਦੇ ਨਾਲ ਵੀ ਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਜਿਹਨਾਂ ਨੂੰ ਨਹੀਂ ਪਤਾ ਵੈਸੇ ਹੈਰਾਨਗੀ ਹੋਏਗੀ ਜਿਹਨਾਂ ਨੂੰ ਨਹੀਂ ਪਤਾ ਹੋਏਗਾ ਉਹਨਾਂ ਨੂੰ ਦੱਸ ਦੇਵਾਂ ਕਿ ਇਹਨਾਂ ਨੇ ਮੈਰਾਥਨਸ ਰਨ ਕੀਤੇ ਨੇ ਔਰ ਰਿਕਾਰਡ ਤੋੜੇ ਨੇ ਆਪਣੀ ਏਜ ਦੇ ਹਿਸਾਬ ਨਾਲ ਇਹਨਾਂ ਨੇ 92 ਦੀ ਏਜ ਦੇ ਵਿੱਚ ਇੱਕ ਮੈਰਾਥਨ ਰਨ ਕੀਤਾ ਸੀ ਜਿਹੜਾ 5 ਘੰਟੇ ਤੇ 40 ਮਿੰਟ ਦੇ ਵਿੱਚ ਇਹਨਾਂ ਨੇ ਪੂਰਾ ਕੀਤਾ ਸੀ ਔਰ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਰੈਕੋਰਡ ਹੈ ਇੱਕ ਜਵਾਨ ਬੰਦਾ ਜਿਹੜਾ ਹੈ ਉਹਨੂੰ ਵੀ ਸਾਹ ਚੜ ਜਾਂਦਾ ਥੋੜ੍ਹਾ ਜਿਹਾ ਦੌੜੀਏ ਸਾਡੇ ਵਰਗਿਆਂ ਨੂੰ ਔਰ ਇੱਕ ਮੈਰਾਥਨ ਰਨ ਕਰਨਾ ਉਹ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਸੋ ਬਾਬਾ ਫੌਜਾ ਸਿੰਘ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇਹ ਪੁੱਛਾਂਗੇ ਸਵਾਲ ਕਿ ਇਹ ਜਿਹੜਾ ਤੁਹਾਡਾ ਸ਼ੌਕ ਸੀਗਾ ਦੌੜਨ ਦਾ ਇਹਦੀ ਸ਼ੁਰੂਆਤ ਕਿੱਥੋਂ ਹੋਈ ਸੀਗੀ ਇਹ ਇੱਦਾਂ ਇਹਦੀ ਸ਼ੁਰੂਆਤ ਹੋਈ ਆ ਬੰਦਾ ਪੁੱਠੇ ਟੇਢੇ ਲੈਕਚਰ ਕਰੀ ਜਾਂਦਾ ਬੰਦੇ ਤੋਂ ਨਹੀਂ ਮੰਨਦਾ ਬੰਦੇ ਨੂੰ ਰੱਬ ਬਣਾਉਂਦਾ ਮੇਰੇ ਨਾਲ ਇੱਕ ਰੱਬ ਨੇ ਧੱਕਾ ਕੀਤਾ ਬਹੁਤ ਅੱਛਾ ਜਿਹੜੇ ਧੱਕਾ ਹੋਇਆ ਮੈਂ ਤਾਂ ਖਤਮ ਹੋ ਗਿਆ ਮੈਨੂੰ ਇੱਥੇ ਲੈ ਆਏ ਫਿਰ ਮੈਂ ਚਲ ਗਿਆ ਫਿਰ ਇੱਥੇ ਲੈ ਗਏ ਕੁੜੀਆਂ ਵੀ ਇੱਥੇ
ਲਿਆ ਕੇ ਖੁਸ਼ ਸੀਗੀਆਂ। ਸਾਨੂੰ ਥੋੜਾ ਜਿਹਾ ਵਿਸਤਾਰ ਨਾਲ ਦੱਸੋ ਕੀ ਗੱਲ। ਫਿਰ ਮੈਂ ਰੱਬ ਨੇ ਮੈਨੂੰ ਬਚਾਉਣਾ ਸੀ। ਮੈਂ ਕਈ ਵਾਰ ਇੱਕ ਨਿਊਯਾਰਕ ਜਿਹਨਾਂ ਨੇ ਸਿੱਖੀ ਪਛਾਣ ਕਰਨਾ ਸੀ ਤਾਂ ਜਗਾੜ ਫਿੱਟ ਕਰਤੇ ਬੇਬੀ ਨਿਊਜ ਵਾਲਿਆਂ ਨੇ ਮੈਨੂੰ ਕਹਿੰਦੇ ਬਾਬਾ ਆਹ ਗੱਲ ਕਹਿ ਦੇ। ਮੈਂ ਕਿਹਾ ਮੈਂ ਪੰਜਾਬੀ 'ਚ ਕਹਿ ਦੂੰਗਾ, ਇੰਗਲਿਸ਼ ਕਹਿਤੀ ਕੋਚਨ ਬਾਬਾ, ਇਹ ਆਦਮੀ ਜਿੱਥੇ ਪਹੁੰਚਣਾ ਪਹੁੰਚ ਸਕਦਾ ਪਰ ਮਰ ਜਾਣਾ ਤੱਕ ਲਵੇ, ਇੱਥੇ ਤਾਂ ਨਹੀਂ ਤੱਕ ਹੁੰਦਾ। ਮੈਂ ਤਾਂ ਅੱਗੇ ਹੀ ਮਰਿਆ ਆਇਆ ਸੀਗਾ, ਰੱਬ ਨੇ ਮੈਨੂੰ ਜੀਣਾ ਪਾਉਣਾ ਸੀਗਾ, ਮੇਰੀ ਉਮਰ ਵਧਾਉਣੀ ਸੀਗੀ, ਇੰਨੇ ਥਾਂ ਦਿਖਾਲਣੇ ਸੀਗੇ, ਇਹ ਮੈਂ ਫਰ ਬਚਣਾ ਸੀਗਾ। ਪਹਿਲਾਂ ਮੈਂ ਕੈਂਸਰ ਦੀ ਚੈਰਿਟੀ ਕੀਤੀ, ਕੁਦਰਤੀ ਆ ਜਿਹੜੇ ਗੱਲ ਬਣਨੀ ਹੋਵੇ, ਕੈਂਸਰ ਦੀ ਚੈਰਿਟੀ ਕੀਤੀ, ਦੌੜਾ ਮੈਂ ਇਹ 20 ਕਿਲੋਮੀਟਰ, ਮੇਰੇ ਦਿਮਾਗ 'ਚ ਆ ਗਏ ਮੈਂ 20 ਮੀਲ ਕਰ ਲਈ। ਜਿਹੜੇ ਰੱਬ ਨੇ ਕੋਈ ਗਿਫਟ ਦੇਣਾ ਹੋਵੇ, ਫਿਰ ਉਹ ਪਛੜ ਗਏ 5 ਮਹੀਨੇ ਅੱਗਿਓਂ ਨੰਬਰ ਦਿੰਦੇ ਆ, 42 ਕਿਲੋਮੀਟਰ ਵਾਲੇ ਪੈਸੇ ਲੈਂਦੇ ਆ। ਠੀਕ ਹੈ, ਮੈਂ ਯਤਨ ਕਰਾਂ ਨੰਬਰ ਨਾ ਟੱਕਰੇ, ਯਤਨ ਕਰਾਂ, ਉਹ ਕਹਿਣ ਵੀ ਤੂੰ 2-3 ਮਹੀਨੇ ਪਛੜ ਗਿਆ। ਫਿਰ ਉਹਨੀ ਕੰਡੀਸ਼ਨ ਲਾਈ ਵੀ 1300 ਪਾਊਂਡ ਲੈਣਾ ਤੇਰੇ ਕੋਲ, ਦਸਖਤ ਕਰਦੇ, ਤੈਨੂੰ ਕਾਗਜ਼ ਭੇਜ ਦਿੰਦੇ ਹਾਂ। ਮੈਂ ਦੌੜਾ ਗਿਆ ਮੁੰਡੇ ਕੋਲ ਦੁਕਾਨੇ, ਦੇਖੋ ਇਹ ਰੱਬ ਵੱਲੋਂ ਆ, ਇੱਕ ਤਾਂ ਭੁੱਖੇ ਦੇਸ਼ ਦਾ, ਜੇ ਦੇਸ਼ ਚੰਗਾ ਹੁੰਦਾ ਕਾਹਨੂੰ ਇੱਥੇ ਆਉਂਦੇ, ਬਜ਼ੁਰਗ ਪੁਰਾਣਾ ਜਿਨ ਪੈਸੇ ਨਾ ਤੇ ਆ, 1300 ਪਾਊਂਡ ਦੇਣਾ, 42 ਕਿਲੋ ਮੌਤ ਦੇ ਵਿੱਚ ਬਣਨਾ ਜਾ ਕੇ, ਦੇਖੋ ਤਾਂ ਨਾ ਰੱਬ ਦੀਆਂ ਤੁਹਾਨੂੰ ਦੇਣੇ ਪਏ 1300। ਉਹਨੇ ਲਿਖ ਕੇ ਦੇ ਦਿੱਤਾ ਵੀ 1300 ਪਾਊਂਡ ਚੈਰਿਟੀ ਲਈ ਲੈਣਾ ਤੇਰੇ ਕੋਲ, ਅੱਛਾ ਪਛੜ ਗਿਆ ਬਈ, ਤਾਂ ਤੈਨੂੰ ਪੇਪਰ ਭੇਜ ਦੇਣੇ, ਦਸਖਤ ਕਰਦੇ। ਤੁਸੀਂ ਫਿਰ ਵੀ ਕਰ ਦਿੱਤਾ? ਫਿਰ ਮੈਂ ਲੈ ਗਿਆ ਮੁੰਡੇ ਕੋਲ, ਮੁੰਡੇ ਦੀ ਸਲਾਹ ਪੁੱਛਣੀ ਸੀ। ਇਹ ਕਹਿੰਦਾ ਪਾਪਾ ਵੀ ਇਹ ਇੰਡੀਆ ਨਹੀਂ, ਬਈ ਤੂੰ ਦੌੜੀ ਨਾ ਤਾਂ ਨਾ ਦੇਈ ਪੈਸੇ, ਪੈਸੇ ਮੈਂ ਦੇ ਦਊਂਗਾ। ਠੀਕ ਹੈ, ਇਹ ਦੇਖ ਲਾ ਦੌੜੀ ਚਾਹੇ ਨਾ ਦੌੜੀ ਪੈਸੇ ਦੇਣੇ ਪੈਣੇ ਆ, ਇਹ ਕੁਦਰਤੀ ਗੱਲ ਹੈ, ਨਹੀਂ ਤਾਂ ਆਦਮੀ ਮੈਂ ਉਸ ਲਈ ਜੱਜ ਜਾਂਦਾ 1300 ਰੁਪਈਆ ਦੇਵੇ ਬੁੱਢੇ ਬਾਰੇ, ਕਿਹੜਾ ਮਰੇ ਜਾ ਕੇ। ਮੈਂ ਇਹ ਦਸਖਤ ਕਰਤੇ ਦਾ ਪੇਪਰ ਭੇਜ ਦਿੱਤੇ। ਹਾਂਜੀ, ਇਹ ਕਿਹੜੀ ਸੰਨ ਦੀ ਗੱਲ ਹੈ? ਮੈਨੂੰ ਤਾਂ ਪਤਾ ਨਹੀਂ, ਪਹਿਲਾਂ ਜਦੋਂ ਮੈਂ 42 ਕਿਲੋਮੀਟਰ ਪਹਿਲਾਂ ਇੱਥੇ 5-4 ਸਾਲ ਦੌੜਦਾ ਰਿਹਾ ਨਾ। ਠੀਕ ਹੈ, ਕਾਫੀ ਟਾਈਮ ਹੋ ਗਿਆ ਜਾਨੀ, ਕਾਫੀ ਟਾਈਮ ਹੋ ਗਿਆ। ਪਹਿਲੀ ਗੱਲ ਹੈ, ਹਾਂਜੀ, ਜਿਹੜੇ ਫਿਰ ਮਿਲਦੀ ਆ, ਰੌਲਾ ਪਿਆ ਸੀ ਸਾਰੇ, ਮੈਂ ਗੁਰਦੁਆਰਿਆਂ ਨੂੰ ਵੀ ਸਿਫਾਰਿਸ਼ਾਂ ਪਾਈਆਂ, ਇੱਥੇ ਸਿਫਾਰਿਸ਼ ਕੋਈ ਮੰਨਦਾ ਨਹੀਂ, ਹੋਰਨਾਂ ਨੂੰ ਵੀ ਕਿਹਾ ਸੁਣਿਆ ਕਿਸੇ ਪੇਸ਼ ਨਾ ਜਾਵੇ, ਜਿਲ੍ਹੇ ਉਹ ਮੈਂ ਹਟਿਆ ਮੈਂ ਉਹਨਾਂ ਦੁਆਲੇ ਝਗੜਾ ਕਰਨ ਨੂੰ ਨਾ। ਉਹ ਜਿੱਦਾਂ ਹੁਣ ਲੰਮੀ ਚੌੜੀ ਗੱਲ ਕਰਕੇ ਦੱਸੀਏ, ਜਿੱਦਾਂ ਆਦਮੀ ਹਟੇ ਨਾ ਕੋਈ ਕਿਸੇ ਗੱਲ ਨੂੰ, ਉਹਨੇ ਆਹ ਕੰਡੀਸ਼ਨ ਲਾ ਦਿੱਤੀ। ਫਿਰ ਮੈਂ ਤੁਰਿਆ ਜਾਵਾਂ ਰੋਡ 'ਤੇ ਤਾਂ ਇੱਕ ਜੀਵਨ ਵਾ, ਉਹ ਕਹਿੰਦਾ ਵੀ ਬਾਬਾ ਕਹਿੰਦੇ ਤੈਨੂੰ ਨੰਬਰ ਮਿਲ ਗਿਆ, ਮੈਂ ਗਿਆ ਤੈਨੂੰ ਅਖੇ ਕੋਚ ਟਕਰਾਈਏ। ਉਹਨ ਕੋਚ ਦਾ ਨਾਂ ਦੱਸਿਆ, ਮੈਂ ਉਹ ਤੋਂ ਡਰੈਸ ਲਿਆ, ਉਹ ਕਿਤੇ ਆ ਮੁੰਡੇ ਨੂੰ ਮੇਰੇ ਨੂੰ ਕਹਿੰਦਾ ਵੀ ਉਹਨੂੰ ਕਾਰ 'ਤੇ ਇੱਥੇ ਛੱਡ ਜਾਈ, ਸਕੂਲ ਆ ਗੱਬੇ, ਗੱਬੇ ਸਕੂਲ ਆ, 2 ਕਿਲੋਮੀਟਰ ਦਾ ਗੇੜਾ, ਉਤਰਾਈ ਚੜ੍ਹਾਈ ਆ, ਇਹਨਾਂ ਮੁਲਕਾਂ 'ਚ ਸਾਰਿਆਂ 'ਚ ਉਤਰਾਈ ਚੜ੍ਹਾਈ ਆ, ਇੱਕ ਪਾਕਿਸਤਾਨ ਤਾਂ ਇੰਡੀਆ ਅੱਖੀ ਮਿੱਟੀ ਦੌੜੇ ਜਾਣਾ, ਇਹਨਾਂ 'ਚ ਉਤਰਾਈ ਚੜ੍ਹਾਈ ਆ। ਉੱਥੇ ਹੁਣ ਤਾਂ ਬਹੁਤ ਹੀ ਸੋਹਣੀ ਜਗ੍ਹਾ ਬਣੀ ਹੋਈ ਆ, ਉਦੋਂ ਪਾਣੀ ਟੁੱਟਾ ਆਇਆ ਹੋਣਾ, ਕੋਈ ਨਹੀਂ ਸੀ ਟ੍ਰੇਨ ਕਰਦਾ, ਹੁਣ ਤਾਂ ਹਰ ਸਾਲ ਕਈ ਪੈਦਾ ਹੁੰਦੇ ਉੱਥੋਂ 42 ਕਿਲੋਮੀਟਰ ਕਰਨ ਵਾਲੇ। ਜੀ ਜੀ, ਐਤਵਾਰ ਨੂੰ ਤਾਂ ਇੱਕ ਦਿਨ ਛੁੱਟੀ ਹੁੰਦੀ ਆ, ਹੁਣ ਟ੍ਰੇਨ ਕਰਾ 3 ਮਹੀਨੇ ਰਹਿੰਦੇ ਸੀਗੇ, ਦੇਖ ਲਾ 3 ਮਹੀਨਿਆਂ 'ਚ 12 ਐਤਵਾਰ, 12 ਐਤਵਾਰ ਕਰਤੀ ਤਾਂ ਮੈਂ ਕਾਮਯਾਬ ਹੋ ਗਿਆ ਪਹਿਲੀ ਵਾਰ। ਠੀਕ ਹੈ ਜੀ, ਕਾਮਯਾਬ ਹੋਇਆ। ਫਿਰ ਲਗਾਤਾਰ 4 ਸਾਲ ਦੌੜਾ ਰਿਹਾ ਮੈਂ ਲਗਾਤਾਰ, ਪਰ ਨੰਡਣ 'ਚ ਹੀ। ਜਿਹੜੇ 5ਵਾਂ ਸਾਲ ਹੋਇਆ, ਅਸੀਂ ਗਏ ਨੰਬਰ ਲੈਣ, ਅਤੇ ਮੇਰੀਆਂ ਫੋਟੋ ਲੱਗੀਆਂ ਆਲੇ ਦੁਆਲੇ 4 ਚਪੇਰੇ। ਕੋਚ ਕਹਿੰਦਾ ਬਾਬਾ ਉਹ ਅਮਰੀਕਾ ਤੋਂ ਗੋਰਾ ਆਉਂਦਾ ਸੀ, ਖਰੇ ਸਾਰਾ ਬਿਮਾਰ ਹੋ ਗਿਆ, ਖਰੇ ਮਰ ਗਿਆ, ਆਇਆ ਨਹੀਂ, ਸਾਡਾ ਨੰਬਰ ਲੱਗ ਗਿਆ। ਬੜਾ ਕੋਚ ਕੋਚ, ਮੇਰੀਆਂ ਫੋਟੋ ਲੱਗੀਆਂ, ਯਾਨੀ ਕੋਈ ਹੋਰ ਵੀ ਅਮਰੀਕਾ 'ਚੋਂ ਆਉਂਦਾ ਹੁੰਦਾ, ਇੱਕ ਸਿਆਣਾ ਗੋਰਾ, ਠੀਕ ਹੈ, ਸਾਡਾ ਨੰਬਰ ਲੱਗ ਗਿਆ। ਮੈਂ ਇੱਦਾਂ ਨਹੀਂ, ਮੈਂ ਕਤਰਾਂ ਨਹੀਂ ਖਾਧੀ ਵੀ ਇਸ ਕੰਮ 'ਚੋਂ ਮੈਂ ਕੀ ਲੈਣਾ, ਔਖਾ ਹੋਇਆ ਇੰਨਾ, ਮੈਂ ਇਸ ਗੱਲ ਨੂੰ ਇੱਦਾਂ ਖੁਸ਼ੀ ਮੰਨਦਾ ਰਿਹਾ ਆਪਣੇ ਜ਼ੋਰ ਦੇ ਵਿੱਚ। ਠੀਕ ਹੈ ਜੀ, ਉਹਨਾਂ ਨੂੰ 25 ਸਾਲੀ ਪਤਾ ਲੱਗਾ ਮੇਰਾ, ਕੰਪਨੀ ਵਾਲਿਆਂ ਨੂੰ, ਫਿਰ ਮੈਨੂੰ ਸਪੌਂਸਰ ਕੀਤਾ ਐਡੀਡਾਸ ਵਾਲਿਆਂ ਨੂੰ, ਬੜਾ ਉਹਨੇ ਖਰਚਾ ਕੀਤਾ, ਔਲਗੇਟ ਜਾ ਕੇ ਇੱਦਾਂ 4 ਖਾਨੇ ਕਮਰੇ ਦਾ ਕਮਰਾ ਸੀਗਾ,
ਉੱਥੇ ਇੱਕ ਭਾਈ ਖੜਿਆ, ਇੱਕ ਕੋਚ, ਇੱਕ ਮੈਂ, ਇੱਕ ਅਮਰਕੱਸੇ ਦੀ ਫੋਟੋ, ਇੱਕ ਉਹਨੀ ਮੇਰੀ ਕਮੀਜ਼ ਪਜਾਮੇ ਦੀ ਕੋਟ ਪਿੰਡ ਦੀ ਫੋਟੋ ਲੈਣੀ ਸੀ। ਉਹ ਦੋ ਲੜਕੀਆਂ ਮੋਹਰੇ ਇੱਕ ਮਗਰ ਬੜਾ ਜਗਾਟ ਬਣਿਆ ਆ। ਉਹ ਕਹਿਣ ਬਾਬਾ ਹੱਸਦਾ ਨਹੀਂ, ਕੋਚ ਸਾਡਾ ਇੱਧਰਲਾ ਜੰਮਿਆ ਆ, ਬੜਾ ਭਲਾ ਮਾਨਸ। ਉਹ ਕਹਿੰਦਾ ਇਹ ਬਜ਼ੁਰਗ ਜਿਹੜੇ ਆ ਇਹ ਲੜਕੀਆਂ ਹੀ ਸਮਝਦੇ ਆ, ਤਾਂ ਇਹ ਨਾਲ ਦੇਖ ਕੇ ਹਾਸਾ ਨਹੀਂ ਆਉਂਦਾ। ਅੱਛਾ ਕਿ ਉਹ ਗੋਰੀਆਂ ਨੇ ਮੈਨੂੰ ਇੱਕ ਪੁੱਠੀ ਇਹ ਅੱਖ ਮਾਰੀ, ਮੇਰਾ ਹਾਸਾ ਨਿਕਲ ਗਿਆ। ਉਹ ਕਹਿੰਦਾ ਕਹਿੰਦੀਆਂ ਅਸੀਂ ਤਾਂ ਜਾਨਵਰ ਜੰਗਲ ਦੇ ਬੁਲਾਰੀ ਦੇ, ਤਾਂ ਬੁੜਾ ਸਾਡਾ ਹੱਥੇ ਬਗੈਰ ਫੋਟੋ ਨਾ। ਉਹ ਕਹਿੰਦੇ ਸਾਡਾ ਲੱਖਾਂ ਰੁਪਈਆ ਲੱਗਾ ਆਇਆ ਸੀ। ਨਹੀਂ ਤੇ ਫਿਰ ਤੁਹਾਨੂੰ, ਤੁਸੀਂ ਹੱਸ ਕਿਉਂ ਨਹੀਂ ਰਹੇ ਸੀਗੇ? ਉਹਨੇ ਹੀ ਹਾਸਾ ਨਹੀਂ ਆਉਂਦਾ, ਕੁੜੀਆਂ ਸੀ ਮੋਰੇ। ਅੱਛਾ, ਆਹੋ ਇਹ ਵੀ ਨਾਲ ਹੀ ਗੱਲ ਹੈ। ਹੁਣ ਤੇਰੇ ਪਾ ਮੈਂ ਹੱਸਦਾ ਚੰਗਾ ਲੱਗਦਾ, ਉਹਦਾ ਤਾਂ ਚੁਗਲਾਂ ਦਾ ਜੁਦੀ ਗੱਲ ਵਾ। ਹਾਂਜੀ, ਗੋਰੀਆਂ ਦੀਆਂ ਕੁੜੀਆਂ ਸੀ, ਉਹ ਫੋਟੋ ਵਾਸਤੇ ਉਹ ਕਹਿੰਦੀ ਆਪੇ ਸਾਲ ਮੰਗੇ। ਠੀਕ ਹੈ, ਫਿਰ ਜੀ ਫੋਟੋ ਖਿੱਚੀਆਂ ਉਹਨੀ ਬੜੀਆਂ, ਫਿਰ ਕਈ ਮੇਰੇ ਨਾਲ ਖੇਲਾਂ ਖੁੱਲਾਂ ਹੋਈਆਂ। ਫਿਰ ਉਹ ਕਹਿੰਦੀਆਂ ਬਾਬਾ ਇਹ ਟਰੈਕ ਸੂਟ ਜਿੰਨੇ ਸੀਗੇ ਇਹਨਾਂ ਦੀਆਂ ਚੀਜ਼ਾਂ ਬਹੁਤ ਵਧੀਆ ਸਾਹ ਨਿਕਲੇ, ਮਰ ਜਾਏ ਤਾਂ ਆਦਮੀ ਕੁਦਰਤੀ ਮਰ ਜਾਏ, ਇਹਨਾਂ ਦੇ ਤਾਂ ਰੱਬ ਡਰਿਆ ਆ ਜਿੱਦਾਂ ਦੀਆਂ ਨਾ ਚੀਜ਼ਾਂ ਆ। ਇੱਕ ਇੱਕ ਛੂਆਂ ਦਾ ਜੋੜਾ ਦੇਣਾ ਸੀ ਨਾਲਦਿਆਂ ਨੂੰ ਵੀ, ਤਾਂ ਟਰੈਕ ਸੂਟ ਮੈਨੂੰ ਕਹਿੰਦੀਆਂ ਵੀ ਪਸੰਦੇ ਕਰਕੇ ਜਿੰਨੇ ਮਰਜ਼ੀ ਚੱਕ ਲਾ। ਠੀਕ ਹੈ, ਉਹ ਚੀਜ਼ ਉਹ ਹੁੰਦੀ ਮੇਚ ਆਵੇ, ਮੈਂ ਉੱਥੇ ਪਸੰਦੇ ਕਰਕੇ ਕਿਹੜੀਆਂ ਪੰਡਾਂ ਬੰਨਣੀਆਂ ਸੀਗੀਆਂ, ਦੋ ਨਾਲ ਇੱਕ ਦੋ ਲਾਲਚ ਕਰਨਾ। ਫਿਰ ਕਿਤੇ ਸਿਕਾਇਆ ਸੀਗਾ ਕੋਚ ਹੋਣੀ ਉਹ। ਉਹ ਕਹਿੰਦੀਆਂ ਗੋਰੀਆਂ ਵੀ ਸੂਟ ਜੇ ਚੱਕਣੇ ਸਾਡੇ ਸਾਹਮਣੇ ਪਾਉਣੇ ਹੋਣਗੇ ਤੇ ਲੀੜੇ ਲਾ ਕੇ। ਮੈਂ ਕਿਹਾ ਸੂਟ ਨੇ ਲੈਣੇ ਤੁਹਾਡੇ ਸਾਹਮਣੇ, ਲੀੜੇ ਨੇ ਲਾਉਣੇ। ਮੈਨੂੰ ਤੁਹਾਨੂੰ ਮਜ਼ਾਕ ਕਰਦੀਆਂ ਹੋਣ, ਮਜ਼ਾਕ ਉਹਨਾਂ ਦਾ ਕੋਚ ਨਾਲ ਰਹਿ ਲਾਜੀ ਹੋਈ ਸੀ ਉਹਨੇ। ਹਾਂਜੀ ਹਾਂਜੀ, ਕੋਚ ਕਹਿੰਦਾ ਬਾਬਾ ਤੇਰੇ ਤੇਲ ਕੱਛਾ ਆ ਬਣੈਣ, ਤੈਨੂੰ ਆ ਕੇ ਲੱਗੀ ਆ, ਪਾ ਲਾ ਤਾਂ ਲਾ ਲਾ। ਉਹ ਲਾ ਕੇ ਤਾਂ ਮੇਰੀਆਂ ਆੜੀਆਂ ਪੱਛੜੀਆਂ ਕਲੀਆਂ ਕਲੀਆਂ ਹੂ ਹੂ ਦੇਖਣ ਬਈ ਇਹ ਦੌੜਦਾ ਕਿੱਥੋਂ। ਮੈਂ ਕਿਹਾ ਇਹੋ ਮੈਨੂੰ ਮਾਹੌਲ ਕਰਨੇ ਸੀ। ਪਰ ਫਿਰ ਅਸੀਂ ਉੱਥੋਂ ਸੂਟ ਲੈਂਦੇ, ਫਿਰ ਉੱਥੋਂ ਇਹ ਦੌੜ ਸੀ ਸਿੱਖੀ ਪਛਾਣ ਕਰਨੀ ਸੀਗੀ ਨਿਊਯੋਰਕ। ਠੀਕ ਹੈ, ਮੇਰੀ ਨਾਲ ਮੈਂ ਟੋਰਾਂਟੋ ਤੋਂ ਦੌੜ ਕੇ ਆਇਆ, ਹੁਣ 6 ਮਹੀਨੇ ਦੌੜ ਬੰਦ ਕੀਤੀ ਸੀ ਟੋਰਾਂਟੋ ਤੋਂ ਦੌੜ ਕੇ ਆਇਆ। ਹਾਂ, ਇਹ ਟੋਰਾਂਟੋ ਵਿੱਚ ਤੁਸੀਂ ਕਿਹੜੇ ਸਾਲ ਗਏ? ਉਹ ਮੈਨੂੰ ਸਾਲਾਂ ਸੁਣਾਂ ਦਾ ਪਤਾ ਨਹੀਂ ਉਹਨੂੰ, ਪੰਜ ਸਾਲ ਦੌੜ ਗਏ, ਫਿਰ ਮੈਂ ਟੋਰਾਂਟੋ ਵੀ ਦੌੜ ਗਿਆ ਨਾ। ਠੀਕ ਹੈ, ਉਹ ਜਦੋਂ ਕਿਤੇ ਫਿਰ ਟੋਰਾਂਟੋ ਤੋਂ ਆਣ ਕੇ ਉਸੇ 2-3 ਮਹੀਨੇ ਨਾਲ ਮੇਰੀ ਦੁਖਦੀ ਡਾਕਟਰ ਬੰਦ ਕੀਤਾ ਹੈ। ਉਹ ਹਰ ਘੜੀ ਕਰਨ ਸੁਨੇਹੇ ਆਉਣ, ਬਾਬਾ ਜੇ ਤੇਰਾ ਵੀਜ਼ਾ ਨਹੀਂ ਲੱਗਦਾ, ਤੇਰਾ ਬ੍ਰਿਟਿਸ਼ ਪਾਸ ਨਹੀਂ ਮਿਲਦਾ, ਤੇਰਾ ਸਾਨੂੰ ਦੱਸਦਾ ਸਹੀ, ਅਸੀਂ ਤੈਨੂੰ ਬਾਹਾਂ ਫੜ ਲਿਆਉਣਾ। ਮੇਰੇ ਦਿਮਾਗ 'ਚ 3-4 ਦਿਨ ਰਹਿੰਦੇ, ਮੇਰਾ ਤਾਂ ਕੁਦਰਤ ਨਹੀਂ ਕੰਮ ਕਰੀ ਗਿਆ। ਮੈਂ ਕਿਹਾ ਵੀ ਇਹਦੇ ਨਾਲ ਤਾਂ ਬਹੁਤ ਮਨਮੋਸ਼ੀ ਜਿਹੀ ਦੀ ਗੱਲ ਹੈ। ਮੈਂ ਕਿਹਾ ਹਾਂ ਵੀ ਮੈਂ ਆਊਂਗਾ। ਠੀਕ ਹੈ, ਆਊਂਗਾ। ਜਿੱਥੇ ਬਜ਼ੁਰਗ ਬਹਿੰਦੇ ਹੁੰਦੇ ਆ, ਸੈਵਨ ਕਿੰਗ ਉੱਥੇ ਬੈਠੇ ਹੋਏ, ਬਜ਼ੁਰਗ ਕਹਿੰਦੇ ਇੱਕ ਢਿੱਲੋਂ ਆ ਬਠਿੰਡੇ ਦਾ, ਉਹਨੂੰ ਕਹਿੰਦੇ ਤੂੰ ਨਾਲ ਜਾ ਫੌਜਾਂ ਹੁੰਦੇ, ਹੁਣ ਸਾਰੇ ਦਫ਼ਤਰ ਇੱਥੇ ਨੰਨਣ ਦੇ ਵਿੱਚ, ਉਹਦੇ ਨਾਲ ਜਾ। ਫਿਰ ਇੱਕ ਕਹਿੰਦਾ ਅਖਬਾਰਾਂ ਲੈ ਜਾਇਓ। ਉਹ ਜਿਹੜੇ ਗਏ ਅਸੀਂ, ਉਹ ਮੂਹਰੇ ਕਾਲਾ ਉਹਨੂੰ ਕਹਿੰਦਾ ਉਹ ਪਰਸੋਂ ਚੋਣ ਨੂੰ ਦੌੜਵਾ, ਕਹਿ ਰਵਾਇਆ 37 ਦਿਨੀ ਵਾਰੀ ਆਉਂਦੀ, ਤੁਸੀਂ ਇੱਥੇ ਕੀ ਕਰਨਾ? ਜਿਹੜੇ ਅਖਬਾਰਾਂ ਦਿਖਾ ਲਈਆਂ, ਡੋਰ ਖੋਲ੍ਹ ਦਿੱਤੀ ਉਹ, ਦੇ ਕਦਰ ਕਦਰ ਕਰਦੀ ਦੁਨੀਆ। ਉੱਥੇ ਕਾਊਂਟਰ ਲਗਾਇਆ, ਸੁਨੇਹਾ ਉੱਥੇ ਪਹੁੰਚਿਆ ਹੈ ਬ੍ਰਿਟਿਸ਼ ਪਾਸ ਦਾ। ਤੇ ਮੈਂ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ ਫਿਰ ਰਿਮਾਈਂਡ ਕਰਾਉਂਦੀ ਜਾਵਾਂ ਕਿ ਜੇ ਤੁਸੀਂ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਫੌਜਾ ਸਿੰਘ ਬਾਬਾ ਜੀ ਦੇ ਨਾਲ, ਤੇ ਤੁਹਾਨੂੰ ਅਸੀਂ ਪੂਰਾ ਮੌਕਾ ਦੇਵਾਂਗੇ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ। ਅੱਜ ਗੱਲ ਇਹ ਹੋਣੀ ਹੈ ਕਿ ਟਾਈਮ ਸਾਡੇ ਕੋਲ ਥੋੜ੍ਹਾ ਹੋਏਗਾ, ਪਰ ਗੱਲਾਂ ਬਹੁਤ ਜ਼ਿਆਦਾ ਕਰਨ ਵਾਲੀਆਂ ਹੋਣਗੀਆਂ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਇਨਫੋਰਮੇਸ਼ਨ ਜਿਹੜੀ ਹੈ ਅਸੀਂ ਬਾਬਾ ਜੀ ਦੇ ਕੋਲੋਂ ਪ੍ਰਾਪਤ ਕਰੀਏ, ਤਾਂ ਜੋ ਅਸੀਂ ਇਹਨਾਂ ਦੀ ਜ਼ਿੰਦਗੀ ਤੋਂ ਕੋਈ ਸੇਧ ਲੈ ਸਕੀਏ। ਤੇ ਤੁਹਾਡੇ ਵੱਲ ਜਿਹੜਾ ਅਗਲਾ ਸਵਾਲ ਹੈ, ਕਿਉਂਕਿ ਤੁਸੀਂ ਸਵਾਲ ਹੁਣ ਬੜਾ, ਇਹਦਾ ਥੋੜ੍ਹਾ ਜਿਹਾ ਸਵਾਲ ਪੂਰਾ ਕਰ ਲੈ। ਹਾਂਜੀ ਹਾਂਜੀ, ਮੈਂ ਇਹ ਜ਼ਿਲ੍ਹੇ ਚਲ ਗਿਆ ਤਾਂ ਉਹ ਕਹਿੰਦੇ ਬਹਿ ਜਾਓ, ਕਹਿੰਦੇ ਛੇਤੀ ਜੇ ਕਰਨੀ ਤਾਂ 2 ਘੰਟਿਆਂ ਦਾ ਪਾਸਪੋਰਟ ਤੁਹਾਡਾ ਘਰ ਆ ਜਾਓ। ਠੀਕ ਹੈ, ਉੱਥੇ ਸੁਨੇਹਾ ਪਹੁੰਚਿਆ ਸੀ ਬ੍ਰਿਟਿਸ਼ ਪਾਸ ਤੋਂ। ਹਾਂਜੀ, ਅਸੀਂ ਕਿਹਾ ਉਹ ਅਸੀਂ ਜਾ ਕੇ ਕੀ ਕਰਨਾ, ਪਰਸੋਂ ਤਾਂ ਜਾਣਾ, ਬਹਿ ਜਾਂਦੇ ਹਾਂ ਭਾਵੇਂ ਸਾਰੀ ਰਾਤ ਬਹਾਰ ਛੱਡ, ਸਾਨੂੰ ਪੈਸਾ ਮੋਹਰੀ ਲਾਉਣੀ, ਤੈਂ ਮੇਰੇ ਮੂੰਹੋਂ ਨਿਕਲਿਆ ਤੂੰ ਕਿਹੜੀ ਸੋਨੇ ਦੀ ਟੁੰਬ ਘਾਣੀ ਆ, ਮੋਹਰੀ ਲਾਉਣੀ ਆ, ਜੇ ਤਾਂ 2 ਘੰਟਿਆਂ ਨੂੰ ਕਰਨਾ ਤੈਨੂੰ ਇੱਥੇ ਦੇ ਦਿੱਤਾ, ਨਾਲੇ ਚਾਹ ਪਿਲਾਈ, ਨਾਲੇ ਬ੍ਰਿਟਿਸ਼ ਪਾਸ ਦੇ ਦਿੱਤਾ। ਉਹਲੇ ਖੁਸ਼ੀ ਦੇ ਨਾਲ ਮੈਂ ਤਾਂ ਢਿੱਲੋਂ ਕਰ ਨੂੰ ਆ ਗਿਆ, ਤਿਆਰੀ ਬੰਨ ਲਈ। ਫਿਰ ਅਸੀਂ ਉੱਥੇ ਅਸੀਂ ਇਹ 3 ਬਜ਼ੁਰਗ ਅਤੇ 1 ਕੋਚ, ਤਾਂ 2-4 ਕੁੜੀਆਂ ਹੋਰ ਉੱਥੇ ਬਿਲਡਿੰਗ, ਜਦੋਂ ਜਿਸ ਸਾਲ ਦੀ ਗੱਲ, ਬਿਲਡਿੰਗ ਜਦੋਂ ਉਠਾਈ ਆ। ਠੀਕ ਹੈ,
ਉੱਥੇ ਚਲ ਗਏ ਅਸੀਂ ਐਵੇਂ ਕਿ ਜਾ ਪਹੁੰਚੇ। ਇਹ ਤੀਏ ਦਿਨ ਦੌੜ ਸੀਗੀ, ਦੋ ਫਿਰਦੇ ਰਹੇ ਤਾਂ ਫਿਰ ਉੱਥੇ ਮੇਰੇ ਐਕਸੀਡੈਂਟ ਹੋ ਗਿਆ। ਕੁਦਰਤੀ ਮਦਦ ਕਰਦੀ ਰਹੀ, ਉਹ ਕੁਦਰਤੀ ਟੈਕਸੀ ਵਾਲਾ ਇੱਕ ਗੜੀ ਆ ਸਾਡੇ ਕੋਲ, ਤੂੰ ਵੀ ਜਾਣਦੀ ਹੋਣੀ ਤੂੰ ਕਿਹੜੀ ਕਦੇ ਹੈਗਾ, ਉਹ ਗੜੀ ਦਾ ਮੁੰਡਾ ਸੀ ਨਾ, ਗੜੀ ਦਾ ਮੁੰਡਾ ਹੁੰਦਾ ਫਿਰ ਰਹਿ ਗਿਆ ਮੇਰੇ ਐਕਸੀਡੈਂਟ ਹੋਣ, ਢੋ ਲੱਗ ਗਿਆ ਉਹ ਸਾਨੂੰ ਉਹ ਟੈਕਸੀ 'ਤੇ ਪਹੁੰਚਾ ਦਿੱਤਾ, ਦੋ ਚਾਰ ਮਿੰਟ ਰਹਿੰਦਿਆਂ 'ਤੇ। ਠੀਕ ਹੈ ਜੀ। ਮੈਂ ਬਿਮਾਰ ਸੀਗਾ, ਇੱਕ ਤਾਂ ਗੋਰੀ ਨੇ ਉੱਥੇ 22 ਮੀਲ ਮੇਰੀਆਂ ਫੋਟੋ ਖਿੱਚੀਆਂ ਮੋਹਰਿਓਂ ਜਾ ਕੇ, ਠੀਕ ਹੈ, ਗੋਰਿਆਂ ਦੀ ਕੁੜੀ ਨੇ। ਫਿਰ ਮੈਂ ਮੇਰਾ ਗਿੱਟਾ ਦੁਖੇ, ਔਖਾ ਬੜਾ, ਠੰਡ ਲੱਗ ਗਈ, ਪੂਰੀ ਕਰ ਰਹੀ ਮੈਂ, ਮੈਡਲ ਪੈ ਗਿਆ, ਮੈਂ ਉੱਥੋਂ ਗੁੱਟਾਂ ਉੱਥੇ ਡਿੱਪਾ, ਮੈਂ ਉੱਥੋਂ ਗੁੱਟਾਂ 13 ਦਿਨਾਂ ਦੀ ਇੰਸ਼ੋਰੈਂਸ ਠੀਕ ਕਰਾਈ, ਉੱਥੇ ਇਲਾਜ ਬਹੁਤ ਸੱਟ ਸੁੱਟ ਲੱਗ ਜਾਣਾ, ਉਹ ਐਂਬੂਲੈਂਸ ਆ ਗਈ। ਉਹ ਕਹਿੰਦੇ ਵੀ ਅਸੀਂ ਲੈ ਜਾਣਾ, ਮੈਂ ਕਿਹਾ ਵੀ ਮੈਂ ਨਹੀਂ ਕਿਤੇ ਵੀ ਜਾਣਾ, ਦੇਖ ਕੁਦਰਤ ਮੈਨੂੰ ਤਾਂ ਕੁਦਰਤੀ ਕਰਦੀ ਰਹੀ, ਮੈਨੂੰ ਇੱਕ ਗੋਲੀ ਚਿੱਟੀ ਜੀ ਦਿੱਤੀ, ਚਾਹ ਪਲਾਈ, ਸਰੀਰ ਗਰਮ ਹੋ ਗਿਆ। ਠੀਕ ਹੈ। ਮੈਂ ਕਿਹਾ ਵੀ ਮੈਨੂੰ ਜਿੱਥੋਂ ਆਏ ਉੱਥੇ ਛੱਡ ਜਾਓ, ਮੈਂ ਹਸਪਤਾਲ ਨੂੰ ਨਹੀਂ ਜਾਣਾ। ਠੀਕ ਹੈ। ਇੱਕ ਗੱਡੀ ਵਾਲਾ ਕਹਿੰਦਾ ਬਾਬਾ ਮੈਂ ਗੱਡੀ ਗਰਮ ਕੀਤੀ ਆ ਅਤੇ ਮੈਂ ਤੈਨੂੰ ਚੱਕ ਕੇ ਬਹਾਲਦਾ, ਉਹ ਕੁਦਰਤੀ ਮੈਨੂੰ ਪਤਾ ਹੀ, ਮੈਂ ਕਿਹਾ ਮੇਰੇ ਤਸ਼ਮੇ ਬੰਨੋ, ਇਹ ਜਿਹੜੇ ਆ ਮੀਡੀਆ ਵਾਲੇ ਹਟਦੇ ਨਹੀਂ, ਇਹ ਤਾਂ ਤਾਂ ਵੀ ਫੋਟੋ ਖਿੱਚ ਲੈਂਦੇ। ਮੈਂ ਕਿਹਾ ਇਹ ਨਹੀਂ ਕਹਿਣਾ ਉਹਦੇ ਮਰਿਆ ਬੋੜਾ ਚੱਕੀ ਜਾਂਦੇ, ਉਹ ਕੋਚ ਵਿਚਾਰਾ ਡਰੀ ਜਾਵੇ। ਮੇਰੇ ਤਸ਼ਮੇ ਬੰਨੇ, ਮੈਂ ਤੁਰ ਕੇ ਬਹਿ ਗਿਆ ਕਾਰ 'ਚ, ਕੋਚ ਜਾਣ ਪੈ ਗਈ ਵੀ ਆਹ ਵੀ ਚੰਗਾ ਹੋ ਗਿਆ, ਆਏ ਦੁਆਏ ਪਏ ਹੋਏ ਸੀ ਮੀਡੀਆ ਵਾਲੇ ਵੀ ਕਹਿਣੇ ਚੱਕੀ ਜਾਂਦਾ ਪਛਾਣ ਲਈਏ। ਫਿਰ ਉੱਥੇ ਦਿਨ ਚੜ੍ਹਿਆ, ਟੈਲੀਫੋਨ ਆਇਆ ਆਲੇ ਦੁਆਲੇ ਵੀ ਹੁਣ ਬੈਠੀ ਨਾ, ਫਿਰ ਅਸੀਂ 2-4 ਮੀਲ ਦੌੜ ਕੇ, 2-3 ਬੁੜੇ ਸੀਗੇ ਉੱਥੋਂ ਆਏ, 7 ਦਿਨ ਰਹਿ, ਬੜੀ ਖੁਸ਼ੀ ਕੀਤੀ ਉੱਥੇ। ਫਿਰ ਸਿੰਘਾਂ ਦੀ ਤੈਨੂੰ ਦੱਸੀ ਇਹ ਗੱਲ, ਇਹ ਵੀ ਗੱਲ ਸਿੰਘ ਇਕੱਠੇ ਹੋ ਕੇ ਗੁਰਦੁਆਰੇ ਦੇ, ਸਾਡਿਆਂ ਲੋਕਾਂ ਦਾ ਜੋਰ ਆ, ਇਹ ਗੋਰਿਆਂ ਪਾ ਗਏ, ਠੀਕ ਹੈ, ਕਹਿੰਦੇ ਸਾਡੀ ਇੱਜ਼ਤ ਬਣ ਜਾਏ, ਜਿੱਦਾਂ ਅੱਗੇ ਲੋਕ ਵਿਆਹਾਂ ਨੂੰ ਹੈ ਨਾ ਬਨੌਟੀ ਗਹਿਣੇ ਪਾ ਦੇਈ ਦੇ ਹੁੰਦੇ ਸੀ। ਠੀਕ ਹੈ। ਇੱਕ ਮੈਡਲ ਸੀ, ਉਹ ਅੱਜ ਤਾਂ ਹੀ ਉਹਨੀ ਨਿਊਯਾਰਕ ਵਾਲਿਆਂ ਨੇ ਕਿਸੇ ਨੂੰ ਨਹੀਂ ਦਿੱਤਾ, ਹੁਣ ਲਿਖਿਆ ਆ ਵੀ ਤੇਰੇ ਮਗਰੋਂ ਜੇ ਕਾਨੂੰਨ ਹੋਊਗਾ ਤਾਂ। ਮੇਰੇ ਉਹ ਮੈਡਲ ਪਾ ਕੇ ਮੀਡੀਆ ਵਾਲਿਆਂ ਨੇ ਫੋਟੋ ਖਿੱਚ ਲਈ, ਠੀਕ ਹੈ, ਉਹਨੇ ਫਿਰ ਲਾ ਲਿਆ, ਲਾ ਕੇ ਕਹਿੰਦੇ ਵੀ ਹੁਣ ਤੂੰ ਜਾਣਾ ਕੈਲੀਫੋਰਨੀਆ ਨੂੰ, ਉੱਧਰ ਨੂੰ ਜਾਣਾ ਤਾਂ ਆਣ ਕੇ 15 ਦਿਨ ਹੀ ਲੈ ਜਾਈਂ, ਤੇਰਾ ਨਾਂ ਲਿਖ ਕੇ ਤੈਨੂੰ ਬਣਾ ਦੇਵਾਂਗੇ। ਠੀਕ ਹੈ। ਉਹ ਮੈਡਲ ਉੱਦਾਂ ਹੀ ਜਿੱਦਾਂ ਬਣਾਉਟੀ ਗੱਲ ਪਾਈ ਸੀ ਨਾ, ਮੈਂ ਆਵਾਂ ਚੜ੍ਹਿਆ ਚਾਹੁੰਦਾ ਉੱਥੋਂ ਸਿਖਾਉਣ ਕੇ, ਪਰ ਮੈਨੂੰ ਉੱਥੇ ਬੜੀ ਇੱਜ਼ਤ ਮਾਣ ਕੀਤੀ ਨਿਊਯਾਰਕ, ਮੈਨੂੰ ਕੁੰਡੇ ਲਾ ਲਾ ਕੇ ਸੋਨੇ ਦੇ ਬਿਸਕੁਟਾਂ ਨੂੰ 2-3 ਮੈਡਲ ਦਿੱਤੇ ਦੁਕਾਨਦਾਰਾਂ ਨੇ ਉੱਥੇ, ਕੰਪਨੀ ਵਾਲਿਆਂ ਨੇ, ਉਹ ਮੈਨੂੰ ਗੋਰੀ ਜੱਫੀ ਪਾ ਲਈ। ਉਹ ਫਿਰ ਉਹਨੂੰ ਕਿਹਾ ਵੀ ਇਹਨ 22 ਮੀਲ 4,000 ਫੋਟੋ ਖਿੱਚੀ, ਕੋਚ ਨੂੰ ਰੌਲਾ ਪਾਇਆ ਵੀ ਵਿਕੇ ਨਾ, ਇਹ ਜੇ ਵੇਚਣਾ ਵੀ ਹੋਵੇ ਤਾਂ ਚੈਰਿਟੀ ਨੂੰ ਮਿਲੇ, ਚੈਰਿਟੀ ਵਾਸਤੇ ਚੈਰਿਟੀ ਵੱਲੇ ਕੰਮ ਕਰਦੇ ਹਾਂ। ਆਵਾਂ ਤਾਂ ਮੈਂ ਐਵੇਂ ਵੀ ਨਾ ਮਿਲਿਆ ਤਾਂ ਕੀ ਹੋਇਆ, ਨਹੀਂ ਮੈਡਲ ਮਿਲਿਆ ਤਾਂ, ਮਤਲਬ ਉਹਨਾਂ ਨੇ ਰੱਖ ਲਿਆ ਦਿੱਤਾ, ਉਹਨੇ ਰੱਖ ਲਿਆ ਦਿੱਤਾ ਨੇ। ਫਿਰ 3-4 ਸਾਲ ਮੇਰੇ ਮਗਰ ਮੀਡੀਆ ਵਾਲੇ ਆ ਲੱਗੇ, ਕਹਿੰਦੇ ਦੇਖ ਸਾਡਾ ਅਖਬਾਰਾਂ ਫੋਟੋ ਆ, ਕੋਈ ਬਾਬਾ ਤੇਰਾ ਪੈਸਾ ਨਹੀਂ ਲੱਗਣਾ। ਮੈਂ ਕਿਹਾ ਮੈਂ ਕੀ ਕਰਨਾ, ਅਸੀਂ ਉਹ ਮੈਡਲ ਕਢਾਉਣਾ ਉਹਨਾਂ ਤੋਂ। ਠੀਕ ਹੈ। ਮੈਂ ਇੱਥੋਂ ਗਿਆ, ਪਤਾ ਲੱਗਦਾ ਲੱਗਦਾ ਮੇਰੇ ਪਾਸ ਡਰੈਸ ਸੀ ਸਾਰੇ, ਇੱਥੇ ਨੂੰ ਵੈਨਕੂਵਰ ਸਰੀ, ਸਰੀ ਦੇ ਪ੍ਰਧਾਨ ਦਾ ਲਿੰਕ ਸੀ ਉਹ ਨਿਊਯਾਰਕ ਦੇ ਪ੍ਰਧਾਨ ਨਾਲ, ਉੱਥੇ ਗੱਲ ਕੀਤੀ ਸਭ ਕੁਛ, ਆਪਣੇ ਭਰਾ ਆਇਆ ਮੇਰਾ ਉੱਥੇ ਡੱਬਰ ਰਹਿੰਦਾ, ਉਹਨਾਂ ਨੂੰ ਨਾਲ ਲੈ ਕੇ ਕੰਮ, ਹੁਣ ਤੈਨੂੰ ਪਤਾ ਇਸ ਕਾਂਟੀ 'ਚ ਮੇਰਾ ਕਰ ਹੀ ਦਿੰਦੇ ਆ। ਠੀਕ ਹੈ ਜੀ। ਉਹਨੇ ਫਿਰ ਕਿਹਾ, ਜਵਾਬ ਦਿੱਤਾ, ਅਸੀਂ ਕਹਿੰਦੇ ਸੀਗੇ ਉਹ ਡਾਕਟਰ ਨੂੰ ਰੱਖ ਲਿਆ, ਇੱਕ ਡਾਕਟਰ ਸੀ ਜਿਹਨੇ ਸਾਨੂੰ ਮੰਗਾਇਆ, ਉਹ ਕਹਿੰਦੇ ਬਾਬਾ ਤੇਰਾ ਮੈਡਲ ਕਿਹਨੇ ਨੇ ਰੱਖਿਆ, ਉਹ ਅਸੀਂ ਕਹਿ ਕੇ ਹੈ ਨਾ ਮਸ਼ਹੂਰੀ ਆਪਣੀ ਕਰਾਉਣ ਲੱਗਿਆਂ ਨੇ, ਇਹ ਲਿਖ ਦਿੱਤਾ ਇਹ ਨਹੀਂ, ਪਹਿਲੋ ਪਹਿਲ ਜਿਹੜੇ ਜੇ ਬਾਹਰਲੀ ਕੰਟਰੀ ਨੂੰ ਮਿਲਿਆ ਤਾਂ ਪਹਿਲੋ ਪਹਿਲ ਜੇ ਨਾਮ ਹੀ ਤੂੰ ਹੋਇਆ ਤੇਰੀ ਇਲਾਜ ਨੂੰ ਸੱਦ ਕੇ ਮਿਲੂਗਾ, ਉਹ ਇਹ ਮੈਡਲ ਅਸੀਂ ਕਿਸੇ ਨੂੰ ਬਾਹਰ ਪਾਇਆ ਨਹੀਂ ਸੀ, ਆਹ ਗੱਲ ਹੋਈ ਸੀ, ਸ਼ੱਕ ਨਾ ਕਰ। ਉੱਥੇ ਜਦੋਂ ਮੈਂ ਉੱਥੇ ਦੌੜ ਗਿਆ ਅਤੇ ਖੈਰ ਫਿਰ ਆਣ ਕੇ ਬੜੀ ਉਸ ਦੌੜ ਦੀ ਵੀ ਸਿੱਖੀ ਪਛਾਣ ਦੀ ਬੜੀ ਮੇਰੀ ਇੱਜ਼ਤ। ਵੈਰੀ ਗੁੱਡ। ਅਤੇ ਮੈਂ ਇਹ ਚਾਹੁੰਦੀ ਹਾਂ ਤੁਹਾਡਾ, ਤੁਸੀਂ ਜਿਹੜੀ ਗੱਲ ਹੈ ਉਹਦਾ ਜਵਾਬ ਲੰਬਾ ਦੇ ਰਹੇ ਹੋ, ਸਾਡੇ ਕੋਲ ਗੱਲਾਂ ਥੋੜ੍ਹੀਆਂ ਹੋਣੀਆਂ ਨੇ, ਸੋ ਤੁਸੀਂ ਕੋਸ਼ਿਸ਼ ਕਰੋ ਕਿ ਜਿਹੜੀ ਗੱਲ ਆ ਉਹਨੂੰ ਉਹਦਾ ਜਵਾਬ ਨੂੰ, ਕਿਉਂਕਿ ਮੈਨੂੰ ਹਾਂ ਸਾਡੇ ਕੋਲ ਟਾਈਮ 1.5 ਘੰਟਾ ਹੈਗਾ। ਹਾਂ, ਸੋ ਇਹ ਗੱਲ ਹੈਗੀ ਹੈ। ਅਤੇ ਦੂਸਰਾ ਮੈਂ ਜਿਹੜਾ ਸਵਾਲ, ਜਿਹੜੇ ਕਿ ਬਹੁਤ ਸਾਰੇ ਲੋਕ ਸਾਡੇ ਤੁਹਾਡੇ ਕੋਲ ਪੁੱਛਣਾ ਚਾਹੁੰਦੇ ਨੇ, ਉਹ ਇਹ ਹੈਗਾ ਕਿ ਜਿਹੜੀ ਤੁਹਾਡੀ ਹੈਲਥ ਹੈ, ਕਿਉਂਕਿ ਫਸਟ ਆਫ ਆਲ ਜਿਹੜੀ ਐਵਰੇਜ ਏਜ ਇੱਥੇ ਹੈਗੀ ਹੈ, ਮੈਂ ਕਿਹਾ 70-80 ਤੱਕ ਜਿਹੜੇ ਲੋਕ ਨੇ ਉਹ ਇੰਨੀ ਜ਼ਿੰਦਗੀ ਜਿਉਂਦੇ ਨੇ, ਤੁਸੀਂ
ਇਸ ਟਾਈਮ ਤੇ 103 ਤੁਹਾਡੀ ਏਜ ਹੈਗੀ ਹੈ, ਜੇ ਤੁਹਾਡਾ 1911 ਦਾ ਮੈਥ ਦੇ ਹਿਸਾਬ ਨਾਲ ਇਹ ਬਣਦਾ ਹੈਗਾ, ਤੇ ਤੁਸੀਂ ਸਿਰਫ ਮਤਲਬ ਜ਼ਿੰਦਗੀ ਜੀ ਨਹੀਂ ਰਹੇ, ਬਹੁਤ ਹੈਲਥੀ ਤਰੀਕੇ ਨਾਲ ਜ਼ਿੰਦਗੀ ਜੀ ਰਹੇ ਹੋ, ਬੜੇ ਤੰਦਰੁਸਤ ਹੋ, ਤੁਹਾਡੀ ਜਿਹੜੀ ਤੰਦਰੁਸਤੀ ਦਾ ਕੀ ਰਾਜ ਹੈ ਇਹਦੇ ਉੱਪਰ ਵੀ ਚਾਨਣਾ ਸਾਨੂੰ ਬੇਟਾ। ਬੜਾ ਮੈਨੂੰ ਕੁਦਰਤ ਦੱਸੀ ਜਾਂਦੀ ਹੈ ਦੋ ਤਿੰਨ ਚੀਜ਼ਾਂ ਆ। ਹਾਂਜੀ, ਇੱਕ ਤਾਂ ਬੰਦੇ ਨੂੰ ਭਾਵੇਂ ਅੱਧੀ ਰੋਟੀ ਖਾਵੇ ਖਾਣ ਨੂੰ ਚਿੱਤ ਕਰੇ, ਠੀਕ ਹੈ, ਸਵਾਦ ਲੱਗੇ ਕੋਈ ਸਬਜ਼ੀ ਕੋਈ ਚੀਜ਼ ਬੰਦੇ ਦਾ ਖਾਣ ਨੂੰ ਚਿੱਤ ਕਰੇ, ਉਸ ਚੀਜ਼ ਨਾਲ ਬੰਦਾ ਬਚ ਸਕਦਾ, ਠੀਕ ਹੈ। ਇੱਕ ਲੱਗੇ ਕੋਈ ਸੂਟ ਵਧੀਆ ਦੁਕਾਨ 'ਤੇ ਹੋਵੇ ਉਹਦਾ ਪਾਉਣ ਨੂੰ ਜਿੱਤ ਕਰੇ, ਹੈ ਕਿ ਨਹੀਂ? ਹਾਂਜੀ, ਉਹ ਵੀ ਬੰਦਾ ਪਰਵਾਹ ਨਹੀਂ ਮੰਨਦਾ, ਠੀਕ ਹੈ। ਇੱਕ ਆਪਣੇ ਆਪ ਨੂੰ ਜਿਹੜੇ ਬੰਦਾ ਬੁੜਾ ਸਮਝ ਲੈਂਦਾ ਉਸ ਵੇਲੇ ਵੀ ਖਤਮ ਹੋ ਜਾਂਦਾ, ਠੀਕ ਹੈ, ਆਪਣੇ ਆਪ ਨੂੰ ਬੁੱਢਾ ਵੇ ਨਾ, ਯਾਨੀ ਖਾਈਏ ਮਨ ਭਾਉਂਦਾ ਤੇ ਪਾਈਏ ਵੀ ਮਨ ਭਾਉਂਦਾ, ਉਹ ਪਾਈਏ ਜਿਹੜੇ ਕੋ ਵਧੀਆ ਕੋਈ ਲੱਗਾ ਕੋਲ ਪੈਸੇ ਮਿਲਦੇ, ਇੰਨੀ ਗੱਲ ਹੈ, ਠੀਕ ਹੈ। ਮਾੜੇ ਔਲਾਦ ਨੂੰ ਆਮਾ ਨਾ ਆਵੇ ਤੁਹਾਡਾ ਪੇ ਸ਼ਰਾਬ ਪੀਂਦਾ ਜਾਂ ਤੁਹਾਡਾ ਪੇ ਆਹ ਕਰਦਾ ਆਹ ਕਰਦਾ, ਇਹ ਚੀਜ਼ ਨਾ ਆਵੇ। ਹਾਂਜੀ, ਹੋਰ ਇਹ ਇੱਕ ਜਿਹੜੀ ਸਾਰਿਆਂ ਨਾਲ ਖੁਰਾਕ ਸਿਆਣੇ ਦੀ ਖੁਸ਼ੀ ਆ, ਖੁਸ਼ੀ ਖੁਸ਼ ਰਹੇ ਜਿਲੇ ਇਹ ਉਮਰ ਹੋ ਜਾਂਦੀ ਆ। ਇੱਕ ਦਿਨ ਮੈਂ ਇੱਦਾਂ ਸੁਣਿਆ ਕਥਾ 'ਚ, ਹਾਂਜੀ, ਜਿਲੇ ਬੰਦਾ 75 ਸਾਲ ਹੁੰਦਾ ਹੈ ਨਾ, 75-80 ਸਾਲ ਦਾ, ਦੋ ਚੀਜ਼ਾਂ ਵੱਧਦੀਆਂ ਉਹਦੀਆਂ, ਉਹ ਮਾਤਾ ਲਾਲਚ, ਉਹ ਮਾਰ ਲੈਂਦੀਆਂ ਹੁਣ, ਠੀਕ ਹੈ, ਲਾਲਚ ਹੁੰਦਾ ਇੰਨੇ ਰੁਪਈਏ ਬੈਂਕ 'ਚ ਹੋ ਜਾਣ, ਇੰਨੇ ਰੁਪਈਏ ਮੇਰੇ ਇੱਦਾਂ ਹੋ ਜਾਣ, ਹੋਮਾ ਹੁੰਦੀ ਮੈਂ ਆਹ ਕੀਤਾ ਮੈਂ ਆਹ ਕੀਤਾ, ਹਾਂਜੀ, ਸਾਰਿਆਂ ਨੇ ਕਰਦਾ, ਯਾਨੀ ਜਿਹੜਾ ਇੱਕ ਪ੍ਰਾਈਡ ਯਾਨੀ ਹੋਮੇ ਜਿਹਨੂੰ ਅਸੀਂ ਕਹਿੰਦੇ ਉਹ ਨਹੀਂ, ਹੋਮੇ ਦਾ ਲਾਲਚ, ਇਹ ਮੈਂ ਆਪਣੇ ਕੋਲੋਂ ਨਹੀਂ ਕਹਿੰਦਾ, ਮੈਂ ਕਥਾ 'ਚ ਸੁਣਿਆ ਇਹ ਗੱਲ, ਇਹ ਚੀਜ਼ ਮੇਰੇ ਦਿਮਾਗ 'ਚ ਪਈ ਨਹੀਂ, ਇਹ ਕੁਦਰਤੀ ਆ, ਹਰ ਕੋਈ ਚਾਹੁੰਦਾ ਮੈਂ ਨਹੀਂ ਇਹ ਕਰਾਂ, ਫਿਰ ਮੁੜ ਕੇ ਉੱਥੇ ਆ ਜਾਂਦੀ ਆ, ਇਹ ਚੀਜ਼ ਨਹੀਂ ਪਈ। ਇੱਕ ਮੈਂ ਇਹ ਕੁਦਰਤੀ ਖੁਸ਼ ਰਹਿੰਦਾ, ਇਹ ਐਕਾ ਹੁਣ ਮੈਂ ਬਿਮਾਰ ਹੋਇਆ, ਕੱਲ੍ਹ ਦਾ ਕੋਈ ਥੋੜ੍ਹਾ ਜਿਹਾ ਰਾਜੀ ਹਾਂ, ਅੱਗੇ ਬਿਮਾਰ ਹੋਣਾ ਮੈਂ ਦਵਾਈਆਂ ਦੁਵਾਈਆਂ ਖਾਣਾ ਰਾਜੀ ਹੋ ਜਾਣਾ, ਖੁਸ਼ ਰਹਿਣਾ। ਹੁਣ ਮੈਂ ਬਹੁਤ ਔਖਾ ਹੋਇਆ ਸੀ, ਮੈਂ ਤੁਰਨੋਂ ਵੀ ਬੰਦ ਹੋ ਗਿਆ ਸੀ, ਮੈਂ ਕੱਲ੍ਹ ਦਾ ਹੁਣ ਉਮੀਦ ਹੋ ਗਈ ਵੀ ਬਚ ਗਿਆ, ਮੈਂ ਇਹ ਕੋਸ਼ਿਸ਼ ਕਰਦਾ ਮੈਂ ਰਾਜੀ ਹੋਣਾ। ਮੈਂ ਤਾਂ ਕਹਿੰਦਾ ਜਿਹੜਾ ਆਦਮੀ ਖੁਸ਼ ਰਹਿੰਦਾ ਹੈ ਨਾ ਸਿਆਣੀ ਉਮਰੇ, ਉਹਦੀ ਜ਼ਿੰਦਗੀ ਆ ਸਵਾਦ ਲੱਗੇ ਚੀਜ਼ ਨੂੰ ਵੀ, ਖਾਣ ਨੂੰ ਵੀ ਮਿਲੇ ਨਾ ਮਿਲੇ ਚਿੱਤ ਕਰੇ, ਪਹਿਨਣ ਨੂੰ ਵੀ ਚਿੱਤ ਕਰੇ, ਦੇਖਣ ਨੂੰ ਵੀ ਚਿੱਤ ਕਰੇ, ਆਪਣੇ ਆਪ 'ਚ ਬੁੱਢਾ ਨਾ ਸਮਝੇ। ਮੈਂ ਤਾਂ ਅਜੇ ਵੀ ਦੂਏ ਸਟੋਪ 'ਤੇ ਬੱਸ ਖੜੀ ਹੋਵੇ ਨਾ, ਇਸ ਸਟੋਪ ਤੋਂ ਦੌੜ ਕੇ ਚੜ੍ਹ ਜਾਂਦਾ ਹੁਣ। ਇਹ ਆਦਮੀ ਆਪਣੇ ਆਪ ਦੇ ਵਿੱਚ ਪੂਰਾ ਟੈਰੀਸ਼ਨੀ ਸਰੀਰ ਦਾ ਨਹਾਉਣਾ ਧੋਣਾ, ਇਸ ਉਮਰੇ ਸਕਿਨ ਜਿਹੜੀ ਬੜੀ ਸਾਂਭਣੀ ਬੁੜੇ ਨੂੰ ਔਖੀ ਆ। ਬਾਬਾ ਜੀ ਬਹੁਤ ਪਿਆਰੀਆਂ ਤੁਸੀਂ ਗੱਲਾਂ ਕਰ ਰਹੇ ਹੋ ਔਰ ਸਾਡੇ ਦਰਸ਼ਕ ਪੂਰਾ ਇੰਜੋਏ ਕਰ ਰਹੇ ਹੋਣਗੇ, ਤੇ ਵੇਖ ਲਓ ਜੀ ਪ੍ਰੋਗਰਾਮ ਦਾ ਅੱਧਾ ਟਾਈਮ ਜਿਹੜਾ ਹੈ ਉਹ ਪੂਰਾ ਹੋ ਚੁੱਕਾ ਹੈ, ਤੇ ਦੂਸਰੇ ਭਾਗ ਦੇ ਵਿੱਚ ਅਸੀਂ ਤੁਹਾਨੂੰ ਵੀ ਮੌਕਾ ਦੇਵਾਂਗੇ ਕਿ ਤੁਸੀਂ ਵੀ ਆਪਣੇ ਸਵਾਲ ਜਾਂ ਜਿਹੜੇ ਹੈਗੇ ਨੇ ਉਹ ਬਾਬਾ ਜੀ ਨਾਲ ਕਰ ਸਕਦੇ ਹੋ। ਤੇ ਅਜੇ ਤੁਸੀਂ ਵੈਸੇ ਇਹ ਤਾਂ ਦੱਸ ਦਿੱਤਾ ਕਿ ਖੁਸ਼ ਰਹਿਣਾ ਚਾਹੀਦਾ ਹੈ, ਪਰ ਜਿਹੜੀ ਖੁਸ਼ੀ ਹੈ ਉਹ ਆਵੇ ਕਿੱਥੋਂ, ਤੇ ਇਹਦੇ ਬਾਰੇ ਥੋੜਾ ਜਿਹਾ ਹੋਰ ਅਸੀਂ ਵਿਚਾਰ ਸਾਂਝੇ ਕਰਾਂਗੇ ਬਾਬਾ ਫੌਜਾ ਸਿੰਘ ਜੀ ਦੇ ਨਾਲ। ਤੁਸੀਂ ਵੇਖ ਰਹੇ ਹੋ ਪੰਜਾਬੀ ਵਿਰਸਾ ਰੂਪਦਵਿੰਦਰ ਕੌਰ ਦੇ ਨਾਲ, ਤੇ ਮਿਲਦੇ ਹਾਂ ਇੱਕ ਪ੍ਰੋਗਰਾਮ ਪੰਜਾਬੀ ਵਿਰਸਾ ਦੇ ਦੂਸਰੇ ਭਾਗ ਦੇ ਵਿੱਚ ਕੀਤਾ ਜਾਂਦਾ ਹੈ ਬਹੁਤ ਬਹੁਤ ਸਵਾਗਤ ਤੁਹਾਡਾ ਸਭ ਦਾ ਰੂਪਦਵਿੰਦਰ ਕੌਰ ਦੇ ਵੱਲੋਂ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਹ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਜੇ ਤੁਸੀਂ ਹੁਣੇ ਹੁਣੇ ਇਹ ਪ੍ਰੋਗਰਾਮ ਵਾਚ ਕਰਨਾ ਸ਼ੁਰੂ ਕੀਤਾ ਤਾਂ ਤੁਹਾਨੂੰ ਮੈਂ ਦੱਸ ਦੇਵਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਪ੍ਰੋਗਰਾਮ ਨੂੰ ਚਾਰ ਚੰਦ ਲਾ ਰਹੇ ਹਨ ਬਾਬਾ ਫੌਜਾ ਸਿੰਘ ਜੀ, ਜੋ ਕਿ ਮੈਰਾਥਨ ਰਨ ਕਰ ਕਰਕੇ ਇਹਨਾਂ ਨੇ ਆਪਣਾ ਨਾਮ ਬਣਾਇਆ ਅਤੇ ਸਾਡੀ ਪੰਜਾਬੀਆਂ ਦਾ ਵੀ ਨਾਮ ਬਣਾਇਆ ਅਤੇ ਸਿੱਖਾਂ ਦਾ ਨਾਮ ਵੀ ਬਣਾਇਆ ਔਰ ਸਾਨੂੰ ਸਾਰੀ ਦੁਨੀਆ ਦੇ ਵਿੱਚ ਟਰਬਨ ਨੂੰ ਮਸ਼ਹੂਰ ਕੀਤਾ ਫੌਜਾ ਸਿੰਘ ਜੀ ਨੇ। ਔਰ ਅੱਜ ਬੜੀ ਖੁਸ਼ੀ ਹੈ ਕਿ ਇਹ ਆਪਣੀਆਂ ਜੀਵਨ ਦੀਆਂ ਗੱਲਾਂ ਜਿਹੜੀਆਂ ਨੇ ਸਾਡੇ ਨਾਲ ਸਾਂਝੀਆਂ ਕਰ ਰਹੇ ਨੇ। ਇਹਨਾਂ ਦੀ ਬਾਇਓਗ੍ਰਾਫੀ ਟਰਬਨਡ ਟ੍ਰੋਨੈਡੋ ਉਹ ਵੀ ਬਹੁਤ ਮਸ਼ਹੂਰ ਹੋ ਚੁੱਕੀ ਹੈ, ਬਹੁਤ ਸਾਰੇ ਲੋਕ ਪੜ੍ਹ ਰਹੇ ਨੇ, ਤੇ ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਇਹ ਹੈ ਕਿ ਆਪਣੇ ਪੰਜਾਬੀ ਤਾਂ ਪੜ੍ਹ ਹੀ ਰਹੇ ਨੇ ਪਰ ਗੋਰੇ ਜਿਹੜੇ ਨੇ ਉਹ ਇਹਨਾਂ ਦੇ ਬਹੁਤ ਵੱਡੇ ਫੈਨ ਬਣ ਚੁੱਕੇ ਨੇ। ਤੇ ਫੌਜਾ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਬਾਬਾ ਜੀ ਤੁਹਾਡਾ ਇੱਕ ਵਾਰ ਫਿਰ।
ਤੇ ਮੈਂ ਤੁਹਾਨੂੰ ਪੁੱਛ ਰਹੀ ਸੀ ਤੁਹਾਡੀ ਡਾਈਟ ਦੀ ਗੱਲ ਤੇ ਤੁਸੀਂ ਕਹਿ ਰਹੇ ਸੀ ਵੀ ਇਨਸਾਨ ਨੂੰ ਖੁਸ਼ ਰਹਿਣਾ ਚਾਹੀਦਾ ਪਰ ਤੁਸੀਂ ਜਦੋਂ ਬੈਠਦੇ ਹੋ ਖਾਂਦੇ ਕੀ ਹੋ ਕੀ ਪਸੰਦ ਹੈ ਦਾਲ ਰੋਟੀ ਪਸੰਦ ਹੈ ਜਾਂ ਇੰਗਲਿਸ਼ ਖਾਣਾ ਪਸੰਦ ਹੈ ਨਹੀਂ ਨਹੀਂ ਮੈਂ ਪਲਿਆ ਦਾਲ ਰੋਟੀ ਨਾਲ ਦਾਲ ਰੋਟੀ ਵੀ ਇਸ ਮੁਲਕ ਦੇ ਵਿੱਚ ਮੈਂ ਕਿਸੇ ਦੀ ਨਹੀਂ ਗੱਲ ਕਰਦਾ ਮੈਂ ਆਪਣੀ ਗੱਲ ਕਰਦਾ ਬਜ਼ੁਰਗ ਮਰਦਾ ਕਬਜ਼ ਨਾ ਤਾਂ ਰੇਸ਼ਾ ਨਾ ਇਹਨੂੰ ਦਾ ਇਲਾਜ ਨਾ ਕਰੇ ਇਹਨੂੰ ਕੋਸ਼ਿਸ਼ ਕਰੇ ਹੋਵੇ ਨਾ ਠੀਕ ਹੈ ਇੱਕ ਤਾਂ ਮੈਂ ਚੌਲ ਨਹੀਂ ਖਾ ਕੇ ਰਾਜੀ ਸੌਂ ਨਹੀਂ ਖਾਧੀ ਚੌਲ ਨਾ ਜਰਦਾ ਨਾ ਖੀਰ ਇਹ ਨਾ ਲੂਣ ਵਾਲੇ ਨਾ ਕੜੀ ਇਹਦਾ ਕੀ ਕਾਰਨ ਹੈ ਇਹ ਇਹ ਬਾਏ ਆ ਇਹ ਮੇਰੇ ਸਾਸੂ ਜੀ ਵੀ ਇਹੀ ਗੱਲ ਕਹਿੰਦੇ ਹੁੰਦੇ ਆ ਮੈਂ ਚੌਲ ਨਹੀਂ ਖਾਣੇ ਬਾਏ ਆ ਇਹ ਇਹ ਕੀ ਚੀਜ਼ ਹੈ ਇਹ ਇੱਕ ਬਾਏ ਇੱਕ ਇਹ ਇਸ ਕੰਟਰੀ 'ਚ ਬਾਏ ਹੁੰਦੀ ਗੋਭੀ ਦੀ ਸਬਜ਼ੀ ਵੀ ਇੰਡੀਆ ਬੜੀ ਸੋਹਣੀ ਬਹੁਤ ਬਾਏ ਜੇ ਸਾਗ ਖਾਣਾ ਹੋਵੇ ਨਾ ਕਣਕ ਦੇ ਫੁਲਕ ਨਾ ਖਾ ਲਈਦਾ ਜੇ ਕਿਤੇ ਜਵਾਰ ਦੀ ਰੋਟੀ ਖਾਣੀ ਹੋਵੇ ਤਾਂ ਮੋਠਾ ਹੀ ਦਾਲ ਨਾ ਚਿੱਤ ਕਰੇ ਆਉਂਦਾ ਪਰ ਜੇ ਸਾਗ ਜਵਾਰ ਦੀ ਰੋਟੀ ਨਾ ਖਾ ਲਈਏ ਨਾ ਫਿਰ ਉਹਦੇ ਆਦਮੀ ਮੂੰਹਦਾ ਹੋ ਜਾਂਦਾ ਬਾਏ ਬਾਏ ਮਤਲਬ ਕਿ ਪੇਟ ਦੇ ਵਿੱਚ ਪ੍ਰੋਬਲਮ ਹੋ ਜਾਂਦੀ ਹੈ ਓਏ ਰੇਸ਼ਾ ਨੂੰ ਬਾਏ ਕਹਿੰਦੇ ਆ ਠੀਕ ਹੈ ਇਹ ਬਹੁਤ ਤੰਗ ਕਰਦੀ ਆ ਠੀਕ ਹੈ ਬਜ਼ੁਰਗ ਨੂੰ ਇਹ ਤੂੰ ਡਰੀਦਾ ਮੈਂ ਖੁਸ਼ ਹਾਂ ਜਾਂ ਮਸਰਾਂ ਦੀ ਦਾਲ ਹੋਵੇ ਜਾਂ ਮੋਠਾਂ ਦੀ ਦਾਲ ਹੋਵੇ ਸਬਜ਼ੀ ਜਾਂ ਟਿੰਡਿਆਂ ਦੀ ਜਾਂ ਕਰੇਲਿਆਂ ਦੀ ਉੱਦਾਂ ਤਾਂ ਕੋਈ ਸੌਂ ਨਹੀਂ ਖਾਧੀ ਇਹ ਜੇ ਨਾ ਹੀ ਕੁਛ ਮਿਲੇ ਅੱਧਾ ਖਾ ਲਵੇ ਪੂਰਾ ਨਾ ਖਾਵੇ ਰੱਜ ਕੇ ਨਾ ਖਾਵੇ ਖਾਣਾ ਤੁਸੀਂ ਖਾਣਾ ਪਸੰਦ ਕਰਦੇ ਅੱਛਾ ਜੀ ਬਾਬਾ ਜੀ ਸਾਡੇ ਨਾਲ ਕਾਲਰਸ ਆ ਚੁੱਕੇ ਨੇ ਸੋ ਨਾਲ ਨਾਲ ਹੁਣ ਅਸੀਂ ਤੁਹਾਡੇ ਨਾਲ ਵੀ ਗੱਲ ਕਰਾਂਗੇ ਤੇ ਕਾਲਰਸ ਨੂੰ ਵੀ ਮੌਕਾ ਦੇਵਾਂਗੇ ਤੇ ਆਓ ਦੇਖਦੇ ਆ ਸਾਡੇ ਨਾਲ ਪਹਿਲੇ ਕਿਹੜੇ ਕਾਲਰ ਨੇ ਔਰ ਕੀ ਗੱਲ ਕਰਨਾ ਚਾਹੁੰਦੇ ਨੇ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਭੈਣ ਵੀ ਦਵਿੰਦਰ ਕੌਰ ਦਵਿੰਦਰ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਜੀ ਸਾਡੇ ਬਜ਼ੁਰਗ ਸਾਡੇ ਸਿੱਖ ਕੌਮ ਦਾ ਮਾਣ ਤੇ ਉਹਨਾਂ ਨੂੰ ਮੇਰਾ ਤਾਂ ਫਤਿਹ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬੜਾ ਖੁਸ਼ ਹਾਂ ਜੀ ਇਹਦਾ ਹਾਂਜੀ ਕੌਣ ਬੋਲ ਰਹੇ ਹੋ ਭਾਜੀ ਮੇਰਾ ਨਾਮ ਸਰਵਨ ਸਿੰਘ ਬਾਈਆ ਮੈਂ ਜਰਮਨ ਤੋਂ ਬੋਲਦਾ ਜੀ ਹਾਂਜੀ ਸਰਵਨ ਸਿੰਘ ਬਾਈਆ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਸੀਂ ਕੀ ਸਵਾਲ ਕਰਨਾ ਚਾਹੁੰਦੇ ਹੋ ਬਾਬਾ ਜੀ ਨੂੰ ਅਸੀਂ ਸਵਾਲ ਕੀ ਕਰ ਸਕਦੇ ਬਾਬਾ ਜੀ ਨੂੰ ਅਸੀਂ ਦੇਖ ਕੇ ਦਰਸ਼ਨ ਕਰਕੇ ਇਹਨਾਂ ਦੇ ਨਿਹਾਲ ਹੋ ਗਏ ਹਾਂ ਕਿਉਂਕਿ ਇਹਨਾਂ ਨੇ ਜਿਹੜਾ ਜੋ ਸਿੱਖ ਕੌਮ ਲਈ ਚਾਹੇ ਇਨਸਾਨੀਅਤ ਲਈ ਜੋ ਇਹਨਾਂ ਨੇ ਕੀਤਾ ਅਗਰ ਤੇ ਅਸੀਂ ਇਹ ਪੂਰਨੇ ਪਾ ਸਾਡਾ ਵੀ ਦਿਲ ਕਰਦਾ ਵੀ ਅਸੀਂ ਵੀ ਕਦੇ ਏਦਾਂ ਕਰੀਏ ਇਹ ਸਾਡਾ ਮਾਡਲ ਰੋਲ ਹੈ ਸਾਡਾ ਬਹੁਤ ਕੁਛ ਸਿੱਖਣ ਨੂੰ ਸਾਨੂੰ ਮਿਲਦਾ ਆ ਭੈਣ ਜੀ ਤੇ ਜੋ ਇਹਨਾਂ ਨੇ ਸਾਡੀ ਸਿੱਖ ਕੌਮ ਲਈ ਕਮਿਊਨਿਟੀ ਲਈ ਕੀਤਾ ਆ ਉਹ ਅਸੀਂ ਇਹਦਾ ਦੇਣ ਨਹੀਂ ਦੇ ਸਕਦੇ ਇਹਨਾਂ ਨੇ ਜਰਮਨ ਦੇ ਵਿੱਚ ਆ ਕੇ ਵੀ ਸਾਡਾ ਸਿੱਖ ਕੌਮ ਦਾ ਮਾਣ ਵਧਾਇਆ ਅਸੀਂ ਇਹਨਾਂ ਦੇ ਧੰਨਵਾਦੀ ਆ ਦੇਖ ਕੇ ਇਹਨਾਂ ਨੂੰ ਦਰਸ਼ਨ ਕਰਕੇ ਇਹਨਾਂ ਦਾ ਮਨ ਬਾਗੋ ਬਾਗ ਹੋ ਗਿਆ ਆ ਬਹੁਤ ਬਹੁਤ ਸ਼ੁਕਰੀਆ ਨਾਗ ਰਹਿੰਦਾ ਹੋਇਆ ਹੋਰ ਨੂੰ ਮੌਕਾ ਦੇਵਾਂ ਮੈਂ ਜੀ ਸ਼ੁਕਰੀਆ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਇਹ ਜਰਮਨ ਤੋਂ ਸਾਡੇ ਵੀਰ ਜੀ ਸੀ ਸਰਵਨ ਸਿੰਘ ਜੀ ਤੇ ਅਗਲੇ ਕਾਲਰ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਹੈਲੋ ਹੈਲੋ ਰੂਪ ਜੀ ਯੂ ਲੁਕਿੰਗ ਸਮੈਸ਼ਿੰਗ ਐਂਡ ਫੌਜੀ ਸਾਹਿਬ ਨੇ ਤਾਂ ਕਮਾਲ ਹੀ ਕਰਤਾ ਵਿਲੇਜ ਟੀਵੀ ਤੇ ਦੂਜੀ ਵਾਰੀ ਆ ਕੇ ਨਾ ਤਾਹਿਰ ਅਲੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਸੀਂ ਤੇ ਸਰਪ੍ਰਾਈਜ਼ ਹੀ ਕਰ ਦਿੱਤਾ ਸਾਨੂੰ ਮੀ ਐਂਡ ਮਾਈ ਮਦਰ ਇਜ਼ ਵਾਚਿੰਗ ਸ਼ੀ ਇਜ਼ 92 ਸ਼ੀ ਲਵਸ ਕੁਕਿੰਗ ਜਿੱਦਾਂ ਦੀ ਗੱਲਾਂ ਕਰ ਰਹੇ ਨਾ ਦਿਲ ਖੁਸ਼ ਹੋ ਜਾਂਦਾ ਕਿ ਆਪਣਾ ਖੁਸ਼ ਰਵੇ ਬੰਦਾ ਹਾਂਜੀ ਬੰਦਾ ਖੁਸ਼ ਰਵੇ ਉਹ 1 ਸਾਲ ਰਵੇ ਜਾਂ 200 ਸਾਲ ਰਵੇ ਉਹ ਖੁਸ਼ ਹੀ ਰਹਿੰਦਾ ਹੈਗਾ ਫੌਜੀ ਸਾਹਿਬ ਨੂੰ ਮੇਰੇ ਵੱਲੋਂ ਸਲਾਮ ਖਾਣਾ ਹੁੰਦਾ ਉਹ ਤੁਸੀਂ ਵੈਜੀਟੇਰੀਅਨ ਖਾਂਦੇ ਹੋ ਜਾਂ ਨਾਨ ਵੈਜੀਟੇਰੀਅਨ ਖਾਂਦੇ ਹੋ ਇੱਕ ਚੀਜ਼ ਆ ਮੈਂ ਹੁਣ ਬੁੱਢੇ ਬਾੜੇ ਝੂਠ ਨਹੀਂ ਬੋਲ ਸਕਦਾ ਹਾਂਜੀ ਇੱਥੇ ਹਰੇ ਘਰ 24 ਘੰਟੇ ਮੇਰਾ ਹੁਣ ਮੈਂ ਹੁਣ ਭਾਂਡੇ ਥੋੜ੍ਹੇ ਜੁਲੇ ਕਰਨੇ ਆ ਹੈ ਕਿ ਨਹੀਂ ਪਰ ਨਾ ਮੈਂ ਮੀਟ ਖਾ ਕੇ ਖੁਸ਼ ਹਾਂ ਨਾ ਸ਼ਰਾਬ ਪੀ ਕੇ ਖੁਸ਼ ਹਾਂ ਠੀਕ ਹੈ ਮੀਟ ਵੀ ਕਬਜ਼ ਕਰਦਾ ਸੰਗਾ ਕੋਈ ਬੰਦੇ ਦਾ ਸਿਆਣੇ ਦਾ ਪੱਕਾ ਨਹੀਂ ਰਹਿਣ ਦਿੰਦਾ ਸ਼ਰਾਬ ਵੀ ਉੱਦਾਂ ਮੈਂ ਜੇ ਮੈਂ ਐਵੇਂ ਕਹਾਂ ਇੱਕ ਵਾਰ ਜਿੱਦਾਂ ਤੂੰ ਪੁੱਛਦੀ ਹਾਂ ਮੈਨੂੰ ਇੱਕ ਵੈਨਕੂਵਰ ਮੀਡੀਆ ਵਾਲਾ ਸੀ ਪੁੱਛਿਆ ਡਾਕਟਰ ਬਹੁਤ ਚੰਗਾ ਠੀਕ ਹੈ ਉਹਨਾਂ ਨੇ ਵੀ ਪੁੱਛਿਆ ਉਹਨੇ ਪੁੱਛਿਆ 6 ਵਜੇ ਟੈਲੀਫੋਨ ਇੱਥੇ ਆਉਣਾ ਸੀ ਉੱਥੇ ਵੀ ਮੇਰੇ ਨਿਆਣੇ ਸੁਣਦੇ ਜੀ ਇੱਥੇ ਵੀ ਕੰਨਾਂ ਨੂੰ ਲਾਇਆ ਠੀਕ ਹੈ ਬਾਬਾ ਜੀ ਕਿੱਦਾਂ ਮੈਂ ਉੱਥੇ ਜਾਣਾ ਸੀ ਦੌਣ ਵੈਨਕੂਵਰ ਵੀ ਤਾਂ ਟੋਰਾਂਟੋ ਵੀ ਹਾਂਜੀ ਮੈਂ ਕਿਹਾ ਤੈਨੂੰ ਨਹੀਂ ਪਤਾ
ਐਡਾ ਡਾਕਟਰਾਂ ਤੋਂ ਇੱਦਾਂ ਦਾ ਕਲੈਵਰ ਮੈਂ ਜਾਣਦਾ ਹੈਗਾ ਵੀ ਮੈਂ ਸ਼ਰਾਬ ਪੀ ਕੇ ਜਾਂ ਮੀਟ ਖਾ ਕੇ ਦੌੜ ਸਕਦਾ ਜਾਨੀ ਇਹ ਚੀਜ਼ਾਂ ਖਰਾਬ ਕਰਦੀਆਂ ਨੇ ਇਹ ਖਰਾਬ ਕਰਦੀਆਂ ਬਾਬਾ ਜੀ ਸਾਡੇ ਨਾਲ ਕਾਲਰ ਹੋਰ ਜੁੜ ਗਏ ਨੇ ਆ ਕੇ ਆਓ ਦੇਖਦੇ ਆ ਉਹ ਸਾਡੇ ਨਾਲ ਕਹਿੰਦੇ ਨੇ ਬਹੁਤ ਕਾਲਰਸ ਗੱਲ ਕਰਨਾ ਚਾਹੁੰਦੇ ਨੇ ਹੈਲੋ ਜੀ ਸਤਿ ਸ੍ਰੀ ਅਕਾਲ ਕੌਣ ਬੋਲ ਰਹੇ ਹੋ ਹੈਲੋ ਸਤਿ ਸ੍ਰੀ ਅਕਾਲ ਰੂਪ ਜੀ ਮੈਂ ਕੁਲਦੀਪ ਸਿੰਘ ਗਰੇਵਾਲ ਬੋਲ ਰਿਹਾ ਜੀ ਹਾਂਜੀ ਗਰੇਵਾਲ ਸਾਹਿਬ ਕਰੋ ਗੱਲਬਾਤ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੁਸੀਂ ਵੀ ਕਰੋ ਆਪਣਾ ਸਵਾਲ ਹਾਂਜੀ ਸਾਰਿਆਂ ਤੋਂ ਪਹਿਲਾਂ ਤਾਂ ਬਾਬਾ ਜੀ ਸਰਦਾਰ ਫੌਜਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੁਹਾਡਾ ਧੰਨਵਾਦ ਬੁਲਾਉਣੇ ਵਾਲਿਆਂ ਦਾ ਐਸੇ ਸ਼ਕਲ ਨਾਲ ਮੈਂ ਜੀਂਦਾ ਜਿਹੜਾ ਤੁਸੀਂ ਬੁਲਾਉਂਦੇ ਮੈਨੂੰ ਬਾਬਾ ਜੀ ਸਾਨੂੰ ਤਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇੰਨਾ ਮਨ ਖੁਸ਼ ਹੁੰਦਾ ਕਿ ਤੁਸੀਂ ਸਾਡਾ ਪੰਜਾਬੀਆਂ ਦਾ ਸਿੱਖਾਂ ਦਾ ਏਸ਼ੀਅਨਾਂ ਦਾ ਇੰਗਲੈਂਡ ਦੇ ਵਿੱਚ ਇੰਨੀ ਸਾਰੀ ਦੁਨੀਆਂ ਦੇ ਵਿੱਚ ਸਿਰ ਉੱਚਾ ਕਰ ਦਿੱਤਾ ਤੇ ਮੈਂ ਤੁਹਾਨੂੰ ਸਰਦਾਰਾਂ ਦੇ ਸਰਦਾਰ ਦਾ ਖਿਤਾਬ ਦਿੰਦਾ ਕਿ ਤੁਸੀਂ ਜਿਹੜਾ ਹੈਗਾ ਇਸ ਉਮਰ ਦੇ ਵਿੱਚ ਸਾਨੂੰ ਬੱਚਿਆਂ ਨੂੰ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਇੱਕ ਬਹੁਤ ਵੱਡੀ ਪ੍ਰੇਰਨਾ ਦਾ ਇੱਕ ਚਾਨਣ ਮੁਨਾਰਾ ਬਣੇ ਹੋ ਤੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਤੇ ਖਾਸ ਤੌਰ ਤੇ ਮੈਂ ਬਹੁਤ ਧੰਨਵਾਦੀ ਹਾਂ ਰੂਪ ਦਵਿੰਦਰ ਜੀ ਦਾ ਜਿਨ੍ਹਾਂ ਨੇ ਸਾਰੇ ਦਰਸ਼ਕਾਂ ਨੂੰ ਤੁਹਾਡੇ ਦਰਸ਼ਨ ਕਰਾਏ ਤੇ ਤੁਹਾਡੇ ਨਾਲ ਗੱਲਬਾਤ ਸੁਣਾਈ ਤੇ ਬਹੁਤ ਇਹ ਚੰਗਾ ਲੱਗਿਆ ਤੇ ਦੂਸਰੀ ਗੱਲ ਇਹ ਹੈ ਕਿ ਅੱਜ ਸਵਾਬ ਦੇ ਨਾਲ ਈਦ ਦਾ ਤਿਉਹਾਰ ਹੈ ਸਾਡਾ ਮੁਸਲਿਮ ਭਾਈਚਾਰਾ ਸਾਰਾ ਈਦ ਦਾ ਤਿਉਹਾਰ ਮਨਾ ਰਹੇ ਨੇ ਸੋ ਉਹਨਾਂ ਨੂੰ ਆਪਾਂ ਈਦ ਮੁਬਾਰਕ ਕਹਿੰਦੇ ਹਾਂ ਤੇ ਖਾਸ ਤੌਰ ਤੇ ਤਾਹੀਰ ਅਲੀ ਜੀ ਰੁਖਸਾਨਾ ਅਲੀ ਜੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਜਿਹੜਾ ਵੀਨਸ ਟੀਵੀ ਦਾ ਇੰਚਾਰਜ ਨੇ ਉਹਨਾਂ ਨੂੰ ਤੇ ਸਾਰੇ ਮੁਸਲਿਮ ਭਾਈਚਾਰੇ ਨੂੰ ਸਾਡੇ ਵੱਲੋਂ ਈਦ ਦੀਆਂ ਬਹੁਤ ਬਹੁਤ ਵਧਾਈਆਂ ਤੇ ਅਸੀਂ ਆਸ ਰੱਖਦੇ ਹਾਂ ਕਿ ਪਰਮਾਤਮਾ ਸਾਰਿਆਂ ਨੂੰ ਸਾਡੇ ਵੱਲੋਂ ਵੀ ਬਾਬਾ ਜੀ ਵੱਲੋਂ ਵੀ ਸਾਰਿਆਂ ਨੂੰ ਸਾਡੇ ਮੁਸਲਮਾਨ ਭੈਣ ਭਰਾ ਜਿਹੜੇ ਈਦ ਮਨਾ ਰਹੇ ਨੇ ਉਹਨਾਂ ਨੂੰ ਅਸੀਂ ਵਧਾਈਆਂ ਦਿੰਦੇ ਨੈਕਸਟ ਕਾਲਰ ਨਾਲ ਗੱਲ ਕਰਾਂਗੇ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕੌਣ ਸਾਹਿਬ ਬੋਲ ਰਹੇ ਹੋ ਮੈਂ ਹਰਜੀਤ ਬੋਲ ਰਹੀ ਸੈਂਟਰ ਲੰਡਨ ਤੋਂ ਹਾਂਜੀ ਹਰਜੀਤ ਜੀ ਬਹੁਤ ਬਹੁਤ ਸਵਾਗਤ ਹੈ ਤੇ ਤੁਸੀਂ ਕਰੋ ਗੱਲ ਜੀ ਬਾਬਾ ਜੀ ਦੇ ਨਾਲ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਈ ਜਾਨਾ ਸਤਿ ਸ੍ਰੀ ਅਕਾਲ ਬਾਬਾ ਜੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਆਪਣੀ ਕੌਮ ਨੂੰ ਕਿ ਤੁਸੀਂ ਸਾਡੀ ਕੌਮ ਦਾ ਬਹੁਤ ਜ਼ਿਆਦਾ ਸਿਰ ਉੱਚਾ ਕੀਤਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਇਸ ਉਮਰ ਵਿੱਚ ਇੰਨਾ ਤੁਸੀਂ ਮਿਹਨਤ ਕੀਤੀ ਇੰਨਾ ਤੁਸੀਂ ਅੱਗੇ ਗਿਆ ਤੁਹਾਡ ਤੋਂ ਸਿੱਖ ਕੇ ਮੈਂ ਪਲੱਸ 40 ਹਾਂ ਇਸ ਟਾਈਮ ਤੁਹਾਨੂੰ ਦੇਖ ਕੇ ਤੁਹਾਨੂੰ ਇੱਥੇ ਦੌੜ ਲਾਉਂਦੇ ਦੇਖ ਕੇ ਸਭ ਕੁਝ ਦੇਖ ਕੇ ਮੈਂ ਪਿੱਛਾ ਜਿਹਾ ਮੈਂ ਪਹਿਲਾਂ ਸਿੰਗਰ ਦਾ ਕੰਮ ਸਿੱਖਦਾ ਸੀਗਾ ਤੇ ਦੁਬਾਰਾ ਮੁੜ ਕੇ ਇਹ ਤੁਹਾਨੂੰ ਦੇਖ ਕੇ ਆਪਣੀ ਕੋਸ਼ਿਸ਼ ਕੀਤੀ ਹੈ ਕਿ ਮੈਂ ਇਹ ਤੁਹਾਡੇ ਸੇਧ ਲੈ ਕੇ ਦੁਬਾਰਾ ਆਪਣਾ ਟੀਚਰ ਰੱਖ ਕੇ ਤੇ ਦੁਬਾਰਾ ਇਹ ਕੰਮ ਚਾਲੂ ਕੀਤਾ ਹੈ ਵੈਰੀ ਗੁੱਡ ਇਸੇ ਤੁਹਾਨੂੰ ਇਹ ਸਿਰਫ ਤੁਹਾਨੂੰ ਦੇਖ ਕੇ ਕਿ ਜਦੋਂ ਬਾਬਾ ਸਾਡਾ ਇੰਨਾ ਕੁਛ ਕਰ ਸਕਦਾ ਮੈਂ ਪਲੱਸ 40 ਸੀਗਾ ਮੈਨੂੰ ਲੋਕ ਕਹਿੰਦੇ ਸੀਗੇ ਵੀ ਨਹੀਂ ਵੀ ਤੂੰ ਰਹਿਣ ਦੇ ਹੁਣ ਛੱਡ ਪਰ ਨਹੀਂ ਮੈਂ ਕਿਹਾ ਵੀ ਨਹੀਂ ਜਦੋਂ ਸਾਡੇ ਬਜ਼ੁਰਗ ਕਰ ਸਕਦੇ ਮੈਂ ਤਾਂ ਅਸੀਂ ਪਲੱਸ 40 ਆ ਤੇ ਦੁਬਾਰਾ ਇਹ ਕਰਕੇ ਸਿੱਖ ਕੇ ਹੁਣ ਮੈਂ ਦੁਬਾਰਾ ਆਪਣੀ ਫੀਲਡ ਵਿੱਚ ਦੁਬਾਰਾ ਫਿਰ ਮੁੜ ਕੇ ਆ ਰਿਹਾ ਬਹੁਤ ਬਹੁਤ ਤੁਹਾਨੂੰ ਵਧਾਈਆਂ ਇਸ ਚੀਜ਼ ਦੀ ਸਾਰਾ ਇਹ ਨਾ ਬਜ਼ੁਰਗਾਂ ਦੀ ਬਜ਼ੁਰਗਾਂ ਕੋਲੋਂ ਸਿੱਖ ਕੇ ਇਹਨਾਂ ਦੀ ਮੇ ਹੋਇਆ ਇੱਕ ਮੈਂ ਬੋਲ ਜੀ ਬੋਲੋ ਥੋੜਾ ਜਿਹਾ ਬੋਲੋ ਹਾਂਜੀ ਹਾਂਜੀ ਬੋਲੋ ਮੈਂ ਜਿੱਦਣ ਦਾ ਪਹਿਲੇ ਸਾਲ ਦੌੜਾਂ ਐਵੇਂ ਇੱਕ ਦੋ ਪੰਜਾਬੀ ਸੀ ਹੁਣ ਹਰ ਇੱਕ ਥਾਂ ਟੋਰਾਂਟੋ ਦਾ ਉੱਕੇ ਪੰਜਾਬੀ ਹੁੰਦੇ 42 ਕਿਲੋਮੀਟਰ 'ਚ ਇੰਡੀਆ ਵੀ ਦੌੜ ਹੋਣ ਲੱਗ ਪਈ ਆ ਹੁਣ ਇੱਥੇ ਵੀ ਅੱਧੇ ਪੰਜਾਬੀ ਲੜਕੀਆਂ ਆਪਣੀਆਂ ਲੜਕੇ ਪੰਜਾਬੀ ਜਿੱਦਣ ਦਾ ਮੈਂ ਦੌੜ ਲੱਗਾ ਪਾਰਕਾਂ ਸਵੇਰੇ ਭਰੀਆਂ ਹੁੰਦੀਆਂ ਬੜੇ ਲੋਕ ਲੱਗੇ ਆ ਚਲੋ ਇਹਦੇ ਨਾਲ ਹੀ ਮੈਨੂੰ ਚਾਅ ਆ ਚਲੋ ਮੈਨੂੰ ਦੇਖ ਕੇ ਲੋਕ ਲੱਗੇ ਤਾਂ ਹੈ ਇਹੋ ਬੜਾ ਚਾਅ ਆ ਇਹਨਾਂ ਦੇ ਆਸਰੇ ਮੈਂ ਜਿਹੜੇ ਮੇਰੀ ਨਾਂ ਥੋੜ੍ਹਾ ਜਿਹਾ ਲੈਂਦੇ ਆ ਜਿੱਦਾਂ ਬੱਚੇ ਨੂੰ ਤਾਂ ਸਿਆਣੇ ਨੂੰ ਬੁਲਾਉਣ ਦੀ ਬੜੀ ਮਹੱਤਤਾ ਨਾ ਕਿਸੇ ਤੋਂ ਲੈਣਾ ਤਾਂ ਨਾ ਦੇਣਾ ਹਾਂਜੀ ਬਿਲਕੁਲ ਸਹੀ ਗੱਲ ਹੈ ਤੇ ਤੁਹਾਨੂੰ ਵਧਾਈਆਂ ਹਰਜੀਤ ਜੀ ਕਿ ਤੁਸੀਂ ਬਾਬਾ ਜੀ ਵੱਲ ਦੇਖ ਕੇ ਆਪਣੀ ਕਸਰਤ ਆਪਣਾ ਫੀਲਡ ਦੁਬਾਰਾ ਤੁਸੀਂ ਜੁਆਇਨ ਕੀਤਾ ਨੈਕਸਟ ਕਾਲਰ ਨਾਲ ਗੱਲ ਕਰਾਂਗੇ ਹੈਲੋ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਰੂਪ ਜੀ ਸਤਿ ਸ੍ਰੀ ਅਕਾਲ ਅਜੀਤ ਸਿੰਘ ਚੱਗਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਾਬਾ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜਿਹੜੇ ਬਾਬਾ ਜੀ ਨੇ ਗੱਲ ਕੀਤੀ ਸੀਗੀ ਕਿ ਜਿਹੜੇ ਆਪਣੇ ਆਪ ਨੂੰ ਬੁੱਢਾ ਸਮਝਦੇ ਆ ਜਾਂ ਡਰੈਸਅਪ ਨਹੀਂ ਕਰਦੇ ਮੈਂ ਇਹਨਾਂ ਤੋਂ ਪ੍ਰੇਰਨਾ ਲਈ ਆ ਤੇ ਮੈਂ ਆਪਣੇ ਆਪ ਨੂੰ ਕਦੇ ਨੀ ਫੀਲ ਕੀਤਾ ਕਿ ਵੀ ਅਸੀਂ ਉਸ ਉਮਰ ਤੇ ਜਾ ਰਹੇ ਹੈਗੇ ਆ ਲੇਕਿਨ ਉਮਰ ਤੇ ਜਾਣਾ ਤਾਂ ਹੈਗਾ ਤੇ ਲੇਕਿਨ ਗਿਵ ਅਪ ਨਹੀਂ ਕਰਨਾ ਚਾਹੀਦਾ ਬਾਬਾ ਜੀ ਨੂੰ ਅੱਗੇ ਇੱਕ ਵਾਰੀ ਮੈਂ ਵੀਨਸ ਤੇ ਵੀ ਕੀਤਾ ਸੀਗਾ ਇੰਟਰਵਿਊ ਤਾਂ ਇਹਨਾਂ ਦੇ ਇਹੋ ਹੀ ਲਫ਼ਜ਼ ਸੀਗੇ
ਕਹਿੰਦੇ ਸੀਗੇ ਕਿ ਇੱਕ ਤਾਂ ਮੈਨੂੰ ਸੂਟ ਪਾਉਣ ਦਾ ਬਹੁਤ ਸ਼ੌਕ ਹੈ, ਹਾਂਜੀ, ਤੇ ਦੂਸਰਾ ਕਹਿੰਦੇ ਸੀਗੇ ਕਿ ਮੈਨੂੰ ਇਹ ਹੈਗਾ ਕਿ ਮੈਂ ਕਦੇ ਨੀ ਕਹਿੰਦਾ ਕਿ ਮੈਂ ਬੁੱਢਾ ਹੋ ਗਿਆ। ਠੀਕ ਹੈ, ਵੈਲ ਵੈਰੀ ਗੁੱਡ। ਹਾਂਜੀ, ਕਿਉਂਕਿ ਇਹਨਾਂ ਤੋਂ ਸਾਨੂੰ ਨਾ ਬਹੁਤ ਕੁਛ, ਜਿੰਨੇ ਵੀ ਸਾਡੇ ਬਜ਼ੁਰਗ ਹੈਗੇ ਨੇ, ਸਾਨੂੰ ਇਹਨਾਂ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈਗਾ। ਅਸੀਂ ਤਾਂ ਅਰਦਾਸਾਂ ਕਰੀਦੇ ਹਾਂ ਕਿ ਸਾਡੇ ਇਹ ਸਾਡੀ ਕੌਮ ਦੇ ਸਾਡੀ ਸਾਰੀ ਕੌਮ ਦੇ ਜਿੰਨਾ ਵੀ ਏਸ਼ੀਅਨ ਭਾਈਚਾਰਾ, ਅਸੀਂ ਸਿੱਖਾਂ ਤੋਂ ਨਹੀਂ ਮਾਣ ਹੈਗਾ, ਸਾਡੇ ਬਾਕੀ ਮੁਸਲਮਾਨ ਜਿਹੜੇ ਭਾਈ ਹੈਗੇ ਆ ਉਹ ਵੀ ਸਾਡੇ 'ਚ ਹੈਗੇ, ਬਾਕੀ ਦਾ ਈਦ ਦਾ ਖੁਸ਼ੀਆਂ ਮਨਾਈਆਂ। ਤੇ ਤਾਹਰ ਸਾਹਿਬ ਰੁਖਸਾਨਾ ਉਹਨਾਂ ਨੂੰ ਬੜੀਆਂ ਬੜੀਆਂ ਮੁਬਾਰਕਾਂ। ਬਹੁਤ ਬਹੁਤ ਸ਼ੁਕਰੀਆ ਅਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਕੁਛ ਕਹਿਣਾ ਚਾਹੋਗੇ? ਹਾਂ, ਇੱਕ ਮੈਂ ਕਹਿਣਾ, ਦਿਮਾਗ 'ਚ ਮੈਂ ਕੋਈ ਸ਼ਾਹੂਕਾਰ ਨੇ ਮੇਰੇ ਦਿਮਾਗ 'ਚ ਲਾਲਚ ਨੇ ਪਾਇਆ ਉਸ ਖੁਦਾਲ, ਜੇ ਮੇਰੇ ਦਿਮਾਗ 'ਚ ਲਾਲਚ ਪਾ ਦਿੰਦਾ ਤਾਂ ਗੋਰਿਆਂ ਡੋਬ ਦੇਣਾ ਸੀ ਮੈਨੂੰ। ਮੇਰੇ ਦਿਮਾਗ 'ਚ ਜਿਹੜਾ ਅਸਲੀ ਗੱਲ, ਜਿਹੜੇ ਮੇਰੇ ਦਿਮਾਗ 'ਚ ਲਾਲਚ ਨੇ ਪਿਆ ਕੰਪਨੀਆਂ ਦਾ ਜਾਂ ਹੋਰ ਚੈਰਿਟੀ ਵਾਲੇ, ਲਾਲਚ ਤੁਸੀਂ ਕਰੋ, ਲਾਲਚ ਤੁਸੀਂ ਚੰਗੀ ਚੀਜ਼ ਦਾ ਕਰੋ, ਯਾਨੀ ਸਿਹਤ ਚੰਗੀ ਬਣਾਉਣ ਦਾ ਲਾਲਚ ਕਰੋ। ਉਹ ਕੰਪਨੀਆਂ ਦਾ ਜਿਹੜਾ ਪੈਸਾ ਜਿੰਨਾ ਚੈਰਿਟੀ ਵਾਸਤੇ ਹੈ ਨਾ, ਮੁਲਕਾਂ ਚੈਰਿਟੀ ਨੂੰ ਬੜੀ ਮਹੱਤਤਾ ਸਮਝੇ, ਖਰੇ ਕਿੱਥੇ ਲੱਗਾ, ਇੰਟਰਨੈਟ 'ਤੇ ਚੜ੍ਹੇ ਆਇਆ ਮੇਰਾ। ਇਹਨਾਂ ਮੁਲਕਾਂ 'ਚ ਪਾਕਿਸਤਾਨ ਨੂੰ ਤਾਂ ਪੰਜਾਬ ਨਾਲ ਛੱਡ ਕੇ ਜਿੰਨਾ ਰੁਪਈਆ ਕੰਪਨੀਆਂ ਨੂੰ ਚੈਰਿਟੀ ਨੂੰ ਦੇਣਾ, ਓਨੀਆਂ ਬੈਂਕਾਂ ਦੇਣੀਆਂ। ਉਹ ਚੈਰਿਟੀ ਨੂੰ ਦੇਣਾ ਹੋਵੇ ਤਾਂ, ਹਾਂਜੀ, ਆਹ ਗੁਰਦੁਆਰੇ ਸਭ ਚੈਰਿਟੀ ਸਿਰ 'ਤੇ ਆ, ਚੈਰਿਟੀ ਨੂੰ ਪੈਸੇ ਦੇਣੇ ਹੋਣ ਓਨੀਆਂ ਬੈਂਕਾਂ ਦੇਣੀਆਂ। ਮੈਨੂੰ, ਮੈਂ ਸੋਚਦਾ ਰਹਿੰਦਾ ਵੀ ਮੈਂ ਇਕੱਲੀ ਦੌੜਨਾ ਹੀ ਨਹੀਂ ਕਾਮਯਾਬ ਹੋਇਆ, ਚੈਰਿਟੀ ਪੱਗ ਦਾੜੀ ਸੀ, ਮੇਰਿਆਂ ਪੁੱਤ ਭਤੀਜਿਆਂ ਭਰਾਵਾਂ ਨੂੰ ਮਦਦ ਕੀਤੀ, ਦੌੜ ਤਿੰਨ ਚੀਜ਼ਾਂ ਰਹੀਆਂ, ਇੱਕ ਲਾਲਚ ਨੇ ਪਿਆ ਮੇਰੇ ਦਿਮਾਗ ਦੇ ਵਿੱਚ, ਲਾਲਚ ਪੈਂਦਾ ਤਾਂ ਮੈਂ ਡੁੱਬ ਜਾਣਾ ਸੀ ਹੁਣ। ਜੀ ਜੀ, ਸੋ ਤੁਸੀਂ ਆਪਣੀ ਜਿਹੜੀ ਪਹਿਚਾਣ ਹੈ ਉਹ ਰੱਖੀ ਹੈ, ਆਪਣੀ ਲਾਈਫ ਦੇ ਵਿੱਚ ਸਿੰਪਲੀਸਿਟੀ ਰੱਖੀ ਹੈ, ਆਪਣੇ ਪਰਿਵਾਰ ਦੇ ਨਾਲ ਮਿਲ ਕੇ ਚੱਲੇ ਹੋ, ਇਹ ਸਾਰੀਆਂ ਚੀਜ਼ਾਂ ਦਾ ਜਦੋਂ ਸੁਮੇਲ ਹੋਇਆ ਤਾਂ ਤੁਹਾਨੂੰ ਕਾਮਯਾਬੀ ਮਿਲੀ ਹੈ। ਸਿਰਫ ਇੱਕ ਚੀਜ਼ ਦੇ ਨਾਲ ਕਾਮਯਾਬੀ ਨਹੀਂ ਮਿਲਦੀ। ਅਗਲੇ ਕਾਲਰ ਦੇ ਨਾਲ ਅਸੀਂ ਗੱਲ ਕਰਾਂਗੇ, ਉਹਨਾਂ ਦਾ ਸਵਾਲ ਪੁੱਛਾਂਗੇ। ਹੈਲੋ ਜੀ, ਜੀ ਆਇਆਂ ਨੂੰ। ਹੈਲੋ, ਸਲਾਮ ਅਲੈਕੁਮ, ਮੇਰੀ ਭੈਣ ਨੂੰ ਤੇ ਬਾਬਾ ਜੀ ਨੂੰ ਵੀ ਸਲਾਮ ਅਲੈਕੁਮ। ਵਾਲੇਕੁਮ ਸਲਾਮ ਮੇਰੇ ਵੀਰ, ਬੋਲ ਰਹੇ ਆ, ਬਹੁਤ ਬਹੁਤ ਸਵਾਗਤ। ਕੌਣ ਬੋਲ ਰਹੇ ਹੋ? ਮੁਹੰਮਦ ਅਲੀ ਲੰਡਨ ਤੋਂ ਬੋਲ ਰਿਹਾ ਸੀ। ਮੁਹੰਮਦ ਅਲੀ ਜੀ ਤੁਹਾਡੇ ਨਾਲ ਗੱਲ ਕਰਨਗੇ। ਹਾਂਜੀ, ਕਰੋ ਸਵਾਲ ਜੀ ਬਾਬਾ ਜੀ ਨੂੰ। ਬਾਬਾ ਜੀ ਨੂੰ ਤੇ ਇੱਕ ਤੇ ਪਹਿਲੀ ਬੜੀ ਬੜੀ ਖੁਸ਼ੀ ਹੋਈ ਹੈ ਮੈਨੂੰ ਬਾਬਾ ਜੀ ਨੂੰ ਦੇਖ ਕੇ। ਮੇਰੇ ਡੈਡੀ ਨਾਲ ਇਹਨਾਂ ਦੀ ਮੁਲਾਕਾਤ ਹੋਈ ਦੀ ਹੈ, ਉਹ ਵਕੀਲ ਨੇ ਇੱਥੇ ਲੰਡਨ 'ਚ, ਤੇ ਉਹ ਕਹਿੰਦੇ ਨੇ ਕਿ ਜੋ ਬਾਬਾ ਜੀ ਨੇ ਮੈਨੂੰ ਦੱਸਿਆ ਮੈਂ ਹੁਣ ਬਾਕੀ ਜ਼ਿੰਦਗੀ ਬਾਬਾ ਜੀ ਦੇ ਤਰੀਕੇ ਦੀ ਗੁਜ਼ਾਰਨੀ ਹੈ। ਤੇ ਮੈਂ ਤੇ ਬਾਬਾ ਜੀ ਦਾ ਨਾਂ ਸੁਣਿਆ ਦਾ ਸੀ, ਤੇ ਅੱਜ ਮੈਂ ਟੀਵੀ ਔਨ ਕੀਤਾ ਤੇ ਮਾਸ਼ਾਅੱਲਾ ਮੈਨੂੰ ਇੰਨੀ ਖੁਸ਼ੀ ਹੋਈ ਬਾਬਾ ਜੀ ਨੂੰ ਦੇਖ ਕੇ। ਤੇ ਮੈਂ ਵੀ ਚਾਹੁੰਦਾ ਵਾਂ ਕਿ ਮੈਂ ਹੁਣ 50 ਸਾਲ ਦਾ ਹੋ ਗਿਆ ਤੇ ਬਾਕੀ ਜ਼ਿੰਦਗੀ ਦੀਆਂ ਜਿਹੜੀਆਂ ਗੱਲਾਂ ਨੇ ਬਾਬਾ ਜੀ ਨੇ ਜੋ ਕੁਝ ਦੱਸਿਆ ਮੈਂ ਇਹਨਾਂ ਤੇ ਹੀ ਅਮਲ ਕਰਨਾ ਵਾਂ। ਮੈਂ ਲਾਹੌਰ ਵੀ ਦੌੜਿਆ। ਬਾਬਾ ਜੀ ਨੇ ਕਿਹਾ ਵਾ ਕਿ ਖੁਸ਼ ਰਹੋ, ਤੇ ਖੁਸ਼ੀ ਤੇ ਬਾਬਾ ਜੀ ਹੁਣ ਦੁਨੀਆ ਤੇ ਕਿਤੇ ਵੀ ਨਹੀਂ, ਕਿਸੇ ਕੋਨੇ ਚ ਵੀ ਨਹੀਂ ਰਹੀ। ਤੇ ਇੱਕ ਕੰਮ ਕਰ ਦੋ ਜਾਂਦੇ ਜਾਂਦੇ ਸਾਡੇ ਵਾਸਤੇ, ਪਤਾ ਨਹੀਂ ਉਹ ਇਹ ਵਾ ਕਿ ਸਾਡੇ ਇਹ ਜਿਹੜੇ ਜਿਹੜੇ ਦੁਨੀਆ ਜਿਹੜੇ ਗਮ ਨੇ ਨਾ, ਇਹਨਾਂ ਦੇ ਖਿਲਾਫ਼ ਇੱਕ ਦੌੜ ਹੋਰ ਲਾ ਦੇਵੋ ਤੇ ਅਸੀਂ ਵੀ ਸਾਰੇ ਜਣੇ ਆਣ ਕੇ ਤੁਹਾਡੇ ਨਾਲ ਸ਼ਾਮਿਲ ਹੋਵਾਂਗੇ, ਤੇ ਹੋ ਸਕਦਾ ਦੁਬਾਰਾ ਫਿਰ ਖੁਸ਼ੀ ਇਸ ਦੁਨੀਆ ਦੇ ਉੱਤੇ ਆ ਜਾਵੇ। ਬਹੁਤ ਬਹੁਤ ਸ਼ੁਕਰੀਆ ਅਲੀ ਸਾਹਿਬ, ਥੈਂਕ ਯੂ ਵੈਰੀ ਮੱਚ। ਤੇ ਬਾਬਾ ਜੀ, ਮੈਂ ਲਾਹੌਰ ਵੀ ਜਾ ਕੇ ਦੌੜਿਆ, ਤੁਹਾਨੂੰ ਪਤਾ ਹੋਊ, ਤਿੰਨ ਬਜ਼ੁਰਗ ਹੋ, ਚੌਥਾ ਕੋਚ, ਅਸੀਂ 15 ਦਿਨ ਰਹੇ ਸੀ ਲਾਹੌਰ, ਕੋਣਾ ਕੋਣਾ ਦਿਖਾ ਲਿਆ ਸਾਨੂੰ ਉਦੋਂ। ਜੀ ਜੀ ਜੀ, ਬੜੇ ਹੋਟਲ ਦੇ ਵਿੱਚ ਰਹੇ ਸੀ। ਅੱਛਾ, ਤੁਸੀਂ ਇਹ, ਇਹਨਾਂ ਨੇ ਇੱਕ ਗੱਲ ਹੋਰ ਕਹੀ ਹੈ ਕਿ ਜੋ ਦੁਨੀਆ ਦੇ ਵਿੱਚ ਹੁਣ ਇਸ ਟਾਈਮ ਤੇ ਜੋ ਬੁਰਾ ਹੋ ਰਿਹਾ ਸਾਨੂੰ ਸਭ ਨੂੰ ਪਤਾ ਹੈ, ਤੇ ਕਹਿੰਦੇ ਵੀ ਉਹਦੇ ਉਹਦੇ ਵਾਸਤੇ ਵੀ ਇੱਕ ਦੌੜ ਲਾ ਦਿਓ, ਪਰ ਤੁਸੀਂ ਹੁਣ ਅਫੀਸ਼ੀਅਲੀ ਰਿਟਾਇਰ ਹੋ ਚੁੱਕੇ ਹੋ, ਤੇ ਕੀ ਤੁਸੀਂ ਹੁਣ ਵੀ ਦੌੜ ਲਾਉਂਦੇ ਹੋ ਜਾਂ ਨਹੀਂ ਲਾਉਂਦੇ? ਐਸ ਗੌਰਮੈਂਟਾਂ ਜਿਹੜੀਆਂ ਆ ਜਿਹੜੀਆਂ ਹਨਾ, ਹਾਂਜੀ, ਮੈਂ 5-4 ਘੰਟੇ ਨਾ ਤੁਰਾਂ ਬਚ ਨਹੀਂ ਸਕਦਾ ਮੈਂ। ਆ ਹੁਣ ਬਿਮਾਰ ਹੋਇਆ ਬੈਠਾ, ਮੇਰਾ ਬਚਾਅ ਨਹੀਂ ਕੋਈ ਵੀ, ਜੇ 5-4 ਨਾ ਘੰਟੇ ਤੁਰਾਂ, ਇਹ ਨਹੀਂ ਗੱਲ ਕੋਈ ਮੈਂ ਆਪਣੇ ਆਪ ਛੰਭਿਆ ਨਹੀਂ ਸੀ, ਪਰ ਐਨ ਕੰਟਰੀ ਜਿਹੜੇ ਰਿਟਾਇਰ ਹੋ ਜਾਏ ਨਾ ਬੰਦਾ ਇਹਨਾਂ ਕੰਟਰੀਆਂ 'ਚ, ਹਾਂਜੀ, ਇਹ ਦੌੜ ਨਹੀਂ ਸਕਦਾ ਮੈਂ ਪੰਜਾਬ 'ਚ, ਤਾਂ ਪਾਕਿਸਤਾਨ ਤਾਂ ਦੌੜ ਸਕਦਾ, ਦੌੜਨਾ ਕੀ ਆ, ਹੁਣ ਮੈਂ ਕਮਜ਼ੋਰ ਹੋ ਗਿਆ, ਤੁਰ ਸਕਦਾ, ਤੁਰ ਕੇ ਕਰ ਸਕਦਾ, ਠੀਕ ਹੈ, ਤੁਰ ਕੇ ਮੈਂ ਕਰ ਸਕਦਾ, ਇਹ ਨਹੀਂ ਗੱਲ ਕੋਈ, ਪਰ ਆ ਮੈਂ ਅੜਾ ਹੁਣ ਉਲਟਾ ਜਿਹਾ ਬਿਮਾਰ ਹੋਇਆ 15 ਦਿਨ, ਕੱਲ੍ਹ ਦਾ ਮੈਂ ਤਗੜਾ, ਹੁਣ ਮੈਨੂੰ ਮੈਂ ਇਹਦਾ ਬਚ ਗਿਆ। ਅਤੇ ਰੱਬ ਨੂੰ ਖੁਦਾ ਨੂੰ, ਮੇਰੇ ਤੋਂ ਬੜਾ ਚੰਗਾ ਕੰਮ ਜਿਹੜੀ ਲਾਹੌਰ, ਮੈਨੂੰ ਪਤਾ ਮੇਰੇ ਦੰਦ ਹੈ ਨਹੀਂ, ਜਿਹੜੀ ਸਾਡੀ ਸੇਵਾ ਹੋਈ ਉੱਥੇ 13-14 ਦਿਨ, ਬੜੀ ਦੁਨੀਆ ਟੁੱਟ ਕੇ ਪੈ ਗਈ ਲਾਹੌਰ, ਬੜੇ ਸਟੇਡੀਅਮ ਦੇ ਵਿੱਚੋਂ ਸ਼ੁਰੂ ਹੋਈ ਸੀ, ਸਭ ਕੋਣਾ ਕੋਣਾ ਦਿਖਾਇਆ ਉਹਨੇ ਲਾਹੌਰ ਦਾ, ਅਨਾਰਕਲੀ ਬਾਜ਼ਾਰ, ਮਹਾਰਾਜ ਪਿਆਰ ਦਿੰਦੇ ਨੇ, ਉਹ ਪੁਲਿਸ ਡਾਂਗਾ ਫਿਰੇ, ਅਸੀਂ ਕਹੀ ਆ ਉਹ ਸਾਨੂੰ ਕੁਛ ਕਹਿੰਦੇ ਕਿਤੇ, ਅਸੀਂ ਸਾਨੂੰ ਕੁਛ ਨਹੀਂ ਕਹਿੰਦੇ, ਸਾਡੇ ਵਿੱਚੋਂ ਤਾਂ ਆਏ ਆ, ਸਾਡੇ ਤਾਂ ਭੈਣ ਭਰਾ ਆ ਸਾਰੇ।
ਅੱਛਾ, ਤੁਸੀਂ ਕੁਝ ਚਿਰ ਪਹਿਲਾਂ, 2 ਸਾਲ ਪਹਿਲਾਂ ਚੜ੍ਹਦੀ ਕਲਾ ਰਨ ਦੇ ਕੀਤੀ ਹੈਗੀ ਆ ਮਲੇਸ਼ੀਆ ਦੇ ਵਿੱਚ, ਉਹਦੇ ਬਾਰੇ ਵੀ 2 ਸ਼ਬਦ ਸਾਡੇ ਨਾਲ ਸਾਂਝੇ ਕਰੋ। ਪਰ ਇਸ ਤੋਂ ਪਹਿਲਾਂ ਕਿ ਤੁਸੀਂ ਉਹ ਗੱਲ ਕਰੋ, ਸਕਾਲਰਸ ਵੇਟ ਕਰ ਰਹੇ ਨੇ, ਅਸੀਂ ਉਹਨਾਂ ਦੀ ਵੀ ਗੱਲ ਸੁਣ ਲਈਏ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹੈਲੋ, ਹਾਂਜੀ, ਕੌਣ ਬੋਲ ਰਹੇ ਹੋ ਜੀ? ਮੈਂ ਹਰਕ੍ਰਿਸ਼ਨ ਬੋਲਦਾ ਜੀ। ਹਾਂਜੀ ਹਰਕ੍ਰਿਸ਼ਨ ਜੀ, ਸਵਾਗਤ ਹੈ ਤੁਹਾਡਾ ਪੰਜਾਬੀ ਵਿਰਸਾ ਵਿੱਚ। ਕੀ ਸਵਾਲ ਕਰਨਾ ਚਾਹੁੰਦੇ ਹੋ ਤੁਸੀਂ ਬਾਬਾ ਜੀ ਨੂੰ? ਆਪਾਂ ਜੀ ਸਿਰਫ ਬਾਬਾ ਜੀ ਨੂੰ ਪੁੱਛੇ ਬੁਲਾਉਣੀ ਚਾਹੁੰਦੇ ਆ। ਬਾਬਾ ਜੀ ਸਾਡੇ ਪਿੰਡ ਦੇ ਆ। ਅੱਛਾ ਜੀ, ਬਾਬਾ ਜੀ, ਬਾਬਾ ਫੌਜਾ ਸਿੰਘ ਜੀ ਸਾਡੇ ਪਿੰਡ ਦੇ ਆ। ਅਸੀਂ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਵੀ ਬਿਆਸ ਪਿੰਡ ਦੇ ਆ। ਵਾਹ, ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ। ਬਾਬਾ ਜੀ ਬਿਆਸ ਪਿੰਡ ਦੇ ਆ? ਹਾਂਜੀ, ਕਹਿੰਦੇ ਤੁਹਾਡੇ ਪਿੰਡ ਦੇ। ਅੱਛਾ ਵੀ ਕੌਣ ਆ ਕੱਕ ਮਹਿੰਦਾ? ਬੜਾ ਧੰਨਵਾਦ ਪਿੰਡ ਦਾ, ਨਾ ਹੀ ਸੁਣ ਕੇ ਮੇਰਾ ਤਾਂ ਚਾਅ ਚੜ ਗਿਆ। ਮਤਲਬ ਸਾਰਸਾ ਦਾ ਮੁੰਡਾ ਵਾ। ਕਿਹਨਾਂ ਦਾ? ਕਿਹਨਾਂ ਦਾ ਮੁੰਡਾ ਹੈਗਾ? ਮੈਨੂੰ ਯਾਦ ਕੀਤਾ, ਮੈਨੂੰ ਬੁਲਾਇਆ। ਨੈਕਸਟ ਕਾਲਰ, ਹੈਲੋ, ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ? ਚਲੋ, ਥੈਂਕ ਯੂ ਵੈਰੀ ਮਚ। ਤੁਸੀਂ ਮਲੇਸ਼ੀਆ ਦੇ ਵਿੱਚ ਜਿਹੜਾ ਸਿਕਤ, ਉਹਦੇ 2 ਸਾਡੇ ਨਾਲ ਸ਼ਬਦ ਸਾਂਝੇ ਕਰੋ। ਮਲੇਸ਼ੀਆ ਜਿੱਥੇ ਮੈਂ ਰਿਟਾਇਰ ਹੋਇਆ। ਹਾਂਜੀ, ਹਾਂ, ਉਹ ਵੀ ਤੁਹਾਨੂੰ ਦੱਸਦਾ ਪਾਣੇ ਮੰਦਰ। ਹਾਂਜੀ, ਮੈਂ ਇਹ ਮੈਨੂੰ ਸਕੂਲਾਂ ਦੇ ਵਿੱਚ ਬਹੁਤ ਨਿਆਣੇ ਪੁੱਛਦੇ ਰਹੇ, ਹਾਂਜੀ, ਬਾਬਾ ਕਦੀ ਡਿੱਗਿਆ ਵੀ ਆ? ਕਦੀ ਨਹੀਂ ਮੈਂ ਡਿੱਗਿਆ ਸੀ, ਨਾ ਟ੍ਰੇਨਿੰਗ ਕਰਦਾ, ਨਾ ਦੌੜਦਾ, ਪੈਰ ਅੜ ਜਾਂਦਾ। ਸਾਡੇ ਨਾਲ ਬੰਦੇ ਹੁੰਦੇ ਸੀ ਡਿੱਗਣੇ ਵਾਲੇ, ਪਹਿਲਾਂ ਡਾ ਦਿੱਤੇ। ਹਾਂਜੀ, ਮਲੇਸ਼ੀਆ ਗਏ ਤਾਂ ਸਾਡੇ ਨਾਲ ਕੁੜੀਆਂ ਵੀ ਸੀ, ਮੁੰਡੇ ਵੀ ਸੀਗੇ। ਖੈਰ, ਕੋਈ ਵੇਲਾ ਕਿੱਦਾਂ ਦਾ ਹੁੰਦਾ, ਕੋਈ ਵੇਲਾ ਮੈਂ ਤੰਦਰੁਸਤ। ਉੱਥੇ 4 ਦਿਨ ਅੱਗਿਓਂ ਬੜਾ ਖਰਚ ਕੀਤਾ। ਅੱਗੇ ਤਾਂ 1-1/2 ਟਿਕਟ ਦਿੰਦੇ ਸੀ ਸਾਨੂੰ, ਸਪੈਸ਼ਲ ਹੋਟਲ ਵਗੈਰਾ ਬੜੀ ਹੋਣੀ ਸਾਡਾ ਰਿਟਾਇਰ ਹੋਣਾ। ਜੋ ਪੰਜਾਬ ਦਾ, ਜੋ ਮੁਲਕ ਦਾ ਮੀਡੀਆ ਘਟਾ ਹੋਇਆ, ਦੇਖ ਰੱਬ ਦੀਆਂ ਗੱਲਾਂ, ਉਹ ਤਾਂ ਬਹੁਤ ਚੰਗੇ ਮੌਕੇ ਮੇਰੀ ਗੱਲ ਪੁੱਛ ਲਈਏ। ਮੈਂ ਇਹ ਗਾਜਰਾਂ ਦਾ ਜੂਸ, ਉੱਥੇ ਇਹ ਮੁਲਕ ਹੁੰਦਾ ਬਹੁਤ ਸੋਹਣਾ, ਮੈਨੂੰ ਕੋਚ ਕਹਿੰਦਾ ਇਹ ਮਿੱਠਾ ਪਾਇਆ, ਮੈਂ ਕਹਿੰਦਾ ਉੱਦਾਂ ਹੀ ਕਢਾ ਕੇ ਦੇਖ ਜਿੱਦਾਂ ਖੰਡ ਪਾਈ ਹੁੰਦੀ ਵਿੱਚ, ਇੱਦਾਂ ਵਧੀਏ ਜੀ। ਉਹ ਪੀਏ, 4th ਦਿਨ ਦੌੜ ਸੀ, ਗਰਮੀ ਸੀ ਉੱਥੇ, ਉੱਧਰ ਮਨ ਵਾਲੀ ਭੂਰ ਪੈਣ ਲੱਗ ਪਿਆ। ਮੈਂ ਉਹਨੂੰ ਕਿਹਾ, ਮੇਰਾ ਵੀ ਇੰਤਜ਼ਾਮ ਕੀਤਾ, ਅੱਗੇ ਨਹੀਂ ਮੈਂ ਡਰਦਾ ਹੈਗਾ। ਜਿਲ੍ਹੇ ਮੇਰੇ ਮਗਰ ਕੋਈ ਫੋਟੋ ਖਿਚਾਉਣ ਵਾਲਾ ਹੁੰਦਾ ਨਾ, ਮੇਰੇ ਵਿੱਚ ਲੱਗਦਾ ਮੈਨੂੰ ਖਤਰਾ ਰਹਿੰਦਾ। ਅੱਗੇ ਤਾਂ ਮੈਂ ਪਵਾਂ ਧੱਕੇ ਮਾਰੀ ਜਾਵੇ ਤਾਂ ਵੀ ਨਹੀਂ ਮੰਨਦਾ ਸੀਗਾ ਵੀ ਤੱਕਵੇਂ ਧੱਕੇ ਹੁੰਦੇ, ਇਹਦੇ ਵਿੱਚ ਕਿਹੜਾ ਉੱਥੇ ਕੋਈ ਗੱਲ ਵਾ। ਕਹਿੰਦਾ ਮੈਂ ਕੀਤਾ ਆ, 2 ਤੇਰੇ ਮਗਰ ਰਹਿਣਗੇ, 2 ਮੋਹਰੇ ਰਹਿਣਗੇ। ਬੜੀ 10 ਮੀਲ ਦੀ ਦੌੜ ਸੀ, ਬੜੀ ਸੰਗਤ ਮੇਰੇ ਨਾਲ, ਬਾਕੀ ਕੋਈ 13 ਮੀਲ ਚੱਲ ਗਿਆ, ਕੋਈ 26 ਮੀਲ 42 ਕਿਲੋਮੀਟਰ ਚੱਲ ਗਿਆ। ਇਹ ਮੈਂ ਕੁਦਰਤੀ ਦੌੜਾ ਜਾਵਾਂ, ਜਿੱਦਾਂ ਬਾਲ ਦਗਾਈ ਪਿਆ ਹੁੰਦਾ ਨਾ ਬਹੁਤ ਮਜ਼ੇ ਦੇ ਨਾਲ ਰੋਡ ਦੇ ਉੱਪਰ, ਮੈਂ ਕਿਹਾ 5 ਕੁ ਮੀਲ ਤੋਂ ਗਾਂਹ ਇਹਨਾਂ ਨੂੰ ਮੈਂ ਛੱਡੂੰਗਾ, ਦੱਸੂੰਗਾ। ਬੜਾ ਸਰੀਰ ਮੇਰਾ ਕਾਇਮ, ਕੋਈ ਕੋਈ ਵੇਲਾ ਹੁੰਦਾ। ਜਦੋਂ ਮੈਂ 5.5 ਮੀਲ ਗਿਆ, ਇੱਕ ਲੈਟ ਦਾ ਉਖਲੀ ਸੀ, ਮੇਰੇ ਨਾਲ ਨਵੀਂ ਗੱਲ ਉੱਥੇ ਹੋਈ, ਫਸ ਕੇ ਉਖਲੀ ਦੇ ਵਿੱਚ ਮੈਂ ਜਿਹੜੇ ਡਿੱਗਿਆ, ਮੇਰੀ ਘੜੀ ਵੀ ਟੁੱਟ ਗਈ, ਗੋਡੇ ਛਿੱਲ ਹੋ ਗਏ, ਤਲੀਆਂ ਪਾਟ ਗਈਆਂ। ਉਹਨੀ ਮੈਨੂੰ ਸਭ ਮੀਡੀਆ ਕੋਈ ਮੋਟਰਸਾਈਕਲ ਦੇ ਕਾਰਾਂ 'ਤੇ ਫੋਟੋ ਖਿੱਚਣ ਡਿਆ, ਉਹਨੀ ਚੱਕ ਕੇ, ਪਰ ਮੈਨੂੰ ਰੱਬ ਨੇ ਸੋਝੀ ਦੇ ਦਿੱਤੀ, ਪਾਣੀ ਨਹੀਂ ਮੈਂ ਪੀਤਾ। ਮੈਂ ਕਿਹਾ ਠੰਡਾ ਨਾ ਹੋ ਜਾਵਾਂ, ਪਰ ਮੈਂ ਦਿਮਾਗ ਵਿੱਚ ਲਾਈ ਵੀ ਸਾਡੇ ਸਿੰਘ ਇੰਨੀਆਂ ਇੰਨੀਆਂ ਤਕਲੀਫਾਂ ਕੱਢੀਆਂ ਵੀ ਕਿਹੜੀ ਗੱਲ ਵਾ, ਇਹਨਾਂ ਤੋਂ ਮਰ ਜਾਣਾ ਚੰਗਾ, ਕਿਹੜੀ ਗੱਲ ਆ, ਕਿਹੜੀ ਰੱਬ ਨੇ ਇੰਨਾ ਚਿਰ ਮੈਂ ਚੈਰਿਟੀ ਦੇ ਕੰਮ ਕੀਤਾ, ਕੀ ਕੀਤਾ ਮੇਰਾ। ਮੈਂ ਉੱਠ ਕੇ ਦੌੜਾ, ਉਹਨੇ ਟੈਲੀਫੋਨ ਕੀਤਾ, 1 ਮੀਲ 'ਤੇ ਸਪਰੇਅ ਕੀਤੀ ਗੋਡਿਆਂ 'ਤੇ, ਮੇਰੇ ਗੋਡਿਆਂ 'ਚ ਦਰਦ ਹਟ ਗਈ। ਜਿਉਂ ਮੈਂ ਜ਼ੋਰ ਲਾਇਆ, ਲਾਵਾਂ, ਜਦੋਂ ਮੈਂ ਸਿਰੇ ਲੱਗਣ ਲੱਗਾ, ਬੜਾ ਗਿੱਧਾ ਪਵੇ, ਖੌਰੂ ਪਵੇ, ਮੈਨੂੰ ਥੋੜ੍ਹੀ ਜਿਹੀ ਗੱਲ ਹੁੜਕ ਗਈ। ਜਿੱਦਾਂ ਕਿਸੇ ਦੇ ਲੜਕੀਆਂ ਹੁੰਦੀਆਂ, ਲੜਕਾ ਪੈਦਾ ਹੋਣਾ ਹੋਵੇ ਤਾਂ ਪਹਿਲਾਂ ਹੀ ਬੂਹੇ ਦੇ ਮੂਹਰੇ ਡਾਂਸ ਹੁੰਦੇ ਹੁੰਦੇ ਆ, ਜਿੱਦਾਂ ਆਖਿਆ ਰਾਣੀ ਦੇ ਹੁੰਦੇ ਸੀਗੇ, 2 ਦਿਨ ਲੱਗੇ ਹੋਈ। ਮੈਨੂੰ ਸ਼ੱਕ ਪੈ ਗਈ ਤਾਂ ਉਹਨੀ ਲਾਊਡ ਸਪੀਕਰ ਚੋਲੇ ਕੱਢ ਦਿੱਤਾ ਵੀ ਬਾਬਾ ਪਰੂਨਾ 4.5 ਮਿੰਟ ਪਹਿਲਾਂ ਆਇਆ। ਵੈਰੀ ਗੁੱਡ, ਮੇਰੇ ਰੱਬ ਮੇਰੇ ਨਾਲ ਹੀ ਹੋਇਆ, ਮੇਰੇ ਦਰਦਾਂ ਦੁਰਦਾਂ ਦਾ ਹਟ ਗਈਆਂ। ਬੜਾ ਖੁਸ਼ ਹੋਇਆ ਮੈਂ, ਮਹੀਨਾ ਤਾਂ ਮੈਂ ਕਿਹਾ ਜੇ ਰੱਬ ਨੇ ਅਖੀਰ ਮੈਂ ਰਿਟਾਇਰ ਹੋਣਾ ਸੀ, ਕਿੱਦਾਂ ਰੱਬ ਨੇ ਮੇਰੀ ਬੇੜੀ ਬਹਾਲੀ, ਇਹ ਲਿਖਿਆ ਕਾਗਜ਼ਾਂ 'ਤੇ ਉਹਨੇ। ਫਿਰ ਜੋ ਮੀਡੀਆ ਆਪਣਾ ਇੱਥੋਂ ਬੰਬਿਓਂ ਵੀ ਮੀਡੀਆ ਵਾਲੇ ਗਏ ਸੀ, ਬੰਬੇ ਵੀ ਉਹਨੇ ਕਿਰਾਇਆ ਭੇਜਿਆ ਸੀ, ਮੈਂ 3 ਸਾਲ ਹੋਇਆ ਬੰਬੇ ਵੀ ਦੌੜਿਆ ਆ।
ਬਾਬਾ ਜੀ ਕਾਲਰ ਇੱਕ ਹੋਰ ਆ ਗਏ ਨੇ ਉਹਨਾਂ ਨਾਲ ਵੀ ਕਰ ਲਈਏ ਗੱਲ। ਹੈਲੋ ਜੀ ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ? ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੌਣ ਬੋਲ ਰਹੇ ਹੋ ਜੀ? ਮੈਂ ਜਸਵਿੰਦਰ ਸਿੰਘ ਬੋਲਦਾ ਜੀ, ਵਾਟਫੋਰਡ ਤੋਂ। ਜਸਵਿੰਦਰ ਸਿੰਘ ਜੀ ਵਾਟਫੋਰਡ ਤੋਂ ਗੱਲ ਕਰ ਰਹੇ ਨੇ, ਬਾਬਾ ਜੀ ਕਰੋ ਗੱਲ ਜੀ। ਬਾਬਾ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾਉਣੀ ਜੀ ਅਸੀਂ ਤਾਂ। ਸਤਿ ਸ਼੍ਰੀ ਅਕਾਲ ਜੀ ਮਹਾਰਾਜ। ਚਾਚਾ ਜੀ ਪਛਾਣ ਲਿਆ, ਮੈਂ ਸ਼ਿੰਦਾ ਬੋਲਦਾ ਤੁਹਾਡਾ ਪੁਰਾਣਾ ਵਾਟਫੋਰਡ ਤੋਂ। ਆਹੋ ਓਹੋ ਅੱਛਾ ਅੱਛਾ, ਮੈਂ ਹੁਣ ਸਮਝ ਗਿਆ ਪ੍ਰਾਹੁਣੇ ਸਾਡੇ ਕਿਤੇ ਮੈਨੂੰ ਬੇਪਛਾਣ ਥੋੜਾ ਹੋਣੇ ਆ। ਬਾਜੀ ਬਾ ਪ੍ਰੋਗਰਾਮ ਤੁਹਾਡਾ ਸੁਣ ਰਹੇ ਆ, ਬੜਾ ਆਨੰਦ ਆ ਰਿਹਾ। ਉਹ ਸਾਡੇ ਭਤੀਜੇ ਨੇ ਸੁਣਦੇ? ਉਹ ਵੀ ਸੁਣਦੇ ਹੋਣੇ ਸ਼ਾਇਦ, ਉਹ ਕਿਤੇ ਗਏ ਹੋਣਗੇ। ਮੈਂ ਸੁਣਦਾ ਤੁਹਾਡਾ ਪ੍ਰੋਗਰਾਮ, ਬੈਠਾ ਦੇਖਦਾ ਪਿਆ। ਅੱਛਾ ਅੱਛਾ ਅੱਛਾ, ਧੰਨਵਾਦ ਤੇਰਾ ਕਾਕਾ। ਇਹ ਬਈ ਸਾਡਿਆਂ ਧੀਆਂ ਪੁੱਤਾਂ ਨੀ ਸੁਣਨਾ, ਹੋਰ ਲੋਕਾਂ ਸੁਣਨਾ, ਲੋਕ ਵੀ ਸੁਣਦੇ ਆ, ਉਹ ਵੀ ਸਾਡੇ ਧੀਆਂ ਪੁੱਤ ਮੇਰੇ ਤਾਂ, ਸਾਰੀ ਪਬਲਿਕ ਹੀ ਧੀਆਂ ਪੁੱਤਾਂ ਦੀ। ਬਹੁਤ ਬਹੁਤ ਸ਼ੁਕਰੀਆ ਜਸਵਿੰਦਰ ਜੀ, ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਵੈਰੀ ਵੈਰੀ ਮੱਚ। ਜਸਵਿੰਦਰ ਜੀ ਕਾਲ ਕਰ ਰਹੇ ਸੀ ਵਾਟਫੋਰਡ ਤੋਂ, ਔਰ ਮੈਨੂੰ ਇਹ ਪਤਾ ਹੈ ਕਿ ਇਹ ਪ੍ਰੋਗਰਾਮ ਜਿਹੜਾ ਸਿਰਫ ਯੂਕੇ ਵਿੱਚ ਨਹੀਂ, ਸਾਰੇ ਯੂਰਪ ਭਰ ਦੇ ਵਿੱਚ ਔਰ ਇੰਨੇ ਕੰਟਰੀਜ਼ ਵਿੱਚ ਦੇਖਿਆ ਜਾ ਰਿਹਾ, ਔਰ ਇਹ ਜਿਹੜੀ ਪੰਜਾਬੀ ਦੀ ਆਵਾਜ਼ ਹੈ ਇਹ ਉੱਥੇ ਪਹੁੰਚ ਰਹੀ ਹੈ। ਦੇਖੋ ਇੱਕ ਹੁੰਦਾ ਹੈ, ਇੱਕ ਪੁਰਾਣੀ ਕਹਾਵਤ ਹੈ ਕਿ ਹੱਥ ਕੰਗਣ ਨੂੰ ਆਰਸੀ ਕੀ। ਅਸੀਂ ਪੰਜਾਬੀ ਵਿਰਸਾ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਹਾਂ, ਸਿਖਾਉਣਾ ਚਾਹੁੰਦੇ ਹਾਂ, ਅਤੇ ਜਦੋਂ ਪੰਜਾਬੀ ਵਿਰਸਾ ਦੀ ਜਿਉਂਦੀ ਜਾਗਦੀ ਤਸਵੀਰ ਸਾਡੇ ਸਾਹਮਣੇ ਬੈਠੀ ਹੋਵੇ ਤਾਂ ਫਿਰ ਕੁਝ ਬੋਲਣ ਦੀ ਜ਼ਰੂਰਤ ਹੀ ਨਹੀਂ ਰਹਿੰਦੀ। ਅਤੇ ਬਾਬਾ ਜੀ ਮੈਂ ਇਹ ਕਹਾਂਗੀ ਕਿ ਜਾਣ ਤੋਂ ਪਹਿਲਾਂ, ਕਿਉਂਕਿ ਪ੍ਰੋਗਰਾਮ ਨੂੰ ਹੁਣ ਸਮੇਟਣ ਦਾ ਵਕਤ ਜਿਹੜਾ ਹੁੰਦਾ ਜਾਂਦਾ, ਤੁਸੀਂ ਜਿਹੜੀ ਪੰਜਾਬ ਦੀ ਜਵਾਨੀ ਹੈ, ਜੋ ਪੰਜਾਬ ਦੀ ਯੂਥ ਹੈ, ਉਹਨੂੰ ਤੁਸੀਂ ਕੀ ਸੁਨੇਹਾ ਦੇਵੋਗੇ? ਕਿਉਂਕਿ ਉਹ ਇਸ ਟਾਈਮ 'ਤੇ ਨਸ਼ਿਆਂ ਦੇ ਛੇਵੇਂ ਦਰਿਆ ਦੇ ਵਿੱਚ ਡੁੱਬੇ ਹੋਏ ਨੇ, ਉਹਨਾਂ ਨੂੰ ਕੀ ਸੁਨੇਹਾ ਦੇਵੋਗੇ? ਮੈਂ ਅੱਗੇ ਤਾਂ ਥੋੜ੍ਹਾ ਚਿਰ ਰਿਹਾ ਸੀ, ਇੱਕਾ ਕਾਫੀ ਚਿਰ ਰਿਹਾ ਜੀ, ਮੈਂ ਦੇਖ ਰਿਹਾ ਹਾਂ ਜੀ। ਉਹ ਇੱਦਾਂ ਆ, ਮੈਂ ਦੇਖਦਾ ਤਰੱਕੀ ਤਾਂ ਪੰਜਾਬ ਨੇ ਕੀਤੀ ਇੰਨੀ, ਕੋਈ ਅੰਤ ਨਹੀਂ ਛੱਡਿਆ ਜੀ, ਪਰ ਤਰੱਕੀ ਨੂੰ ਕੀ ਕਰਨਾ ਜੇ ਮੂਹਰੇ ਭਵਿੱਖ ਨਾ ਆਪਣਾ ਰਿਹਾ। ਤਰੱਕੀ ਤਾਂ ਇੱਦਾਂ, ਜਿੱਥੇ ਕੁੜੀਆਂ ਪਾਈਆਂ ਸੀ ਨਾ ਬਰਸਾਤ ਕੱਢਦੇ ਸੀ, ਉੱਥੇ ਕੋਠੀਆਂ ਪਈਆਂ, ਸਾਡੇ ਟਰੈਕਟਰ ਗੱਡੀਆਂ ਖੜੀਆਂ, ਬੱਚਿਆਂ ਸਾਡਿਆਂ ਨੂੰ ਬੱਸਾਂ ਆਉਂਦੀਆਂ ਲੈ ਕੇ ਲੈਣ ਆਉਂਦੀਆਂ, ਚੰਗੀਆਂ ਸਕੂਲਾਂ 'ਚ ਪ੍ਰਾਈਵੇਟ ਖਰਚ ਕਰਦੇ ਆ ਜੀ, ਇਹ ਕੋਈ ਅੰਤ ਨਹੀਂ। ਜਿਹੜਾ ਅਖੀਰ ਗੱਲ ਰਹੀ ਹੈ ਨਾ ਡਰੱਗ ਦੀ, ਉਹ ਇੱਦਾਂ ਆ, ਮੈਂ ਜਿੱਦਣ ਇੱਥੇ ਇੱਕ ਮਜ਼ਾਰਾ ਸੀ ਨਾ, ਉੱਦਣ ਉਹਨਾਂ ਦਾ ਆਪਣਾ ਵਿਹਲ ਨਹੀਂ ਪਿਆ, ਮੈਨੂੰ ਟੈਲੀਵਿਜ਼ਨ ਵਾਲਿਆਂ ਨੇ ਬੁਲਾਇਆ ਸੀ ਮਜ਼ਾਰੇ ਵਿੱਚ ਜੀ। ਇੱਦਾਂ ਹੁਣ ਮੈਨੂੰ ਦੀਦਾ, ਜਿਲ੍ਹੇ ਕੋਈ ਚੋਰ ਚੋਰੀ ਲਾਵੇ ਹੈ ਨਾ, ਉਹ ਹੀ ਫੜਿਆ ਜਾਏ, ਉਹ ਛੇਤੀ ਤੋੜ ਲੈਂਦਾ ਚੋਰੀ ਨੂੰ, ਹੈ ਕਿ ਨਹੀਂ ਜੀ ਜੀ। ਹੁਣ ਉਹਨਾਂ ਦਾ ਹੀ ਨਾਂ ਲੱਗਦਾ, ਜੇ ਉਹ ਹੀ ਠਾ ਦੇਣ ਉਹ ਠਾ ਸਕਦੇ ਆ, ਪਰ ਆਹ ਜਿਹੜੀ ਇਲਤ ਪਈ ਹੈ ਨਾ ਪੰਜਾਬ ਵਿੱਚ, ਇਹ ਤਾਂ ਕੋਈ ਆਂਟੀ ਨੇ ਤਾਂ ਇਲਤਨ ਕੱਖ ਛੱਡਿਆ ਨੇ, ਇਕੱਲਾ ਇਕੱਲਾ ਮੁੰਡਾ ਪਲੇਅਰ ਹੈਰਾਨ ਜਾਈਦਾ ਉੱਥੇ। ਕੋਈ ਇੱਕ ਤਾਂ ਹੁਣ ਠੇਕੇ ਸੀਗੇ ਸੜਕਾਂ 'ਚ, ਢਾਬਿਆਂ 'ਚ, ਦੁਕਾਨਾਂ, ਸ਼ਰਾਬ, ਉਹ ਤਾਂ ਮੈਂ ਜਦੋਂ ਸੀਗਾ ਉੱਦਣ ਹੀ ਆਰਡਰ ਹੋ ਗਿਆ ਸੜਕਾਂ 'ਤੇ ਨਹੀਂ ਰਹਿਣ ਦੇਣੇ, ਜੇ ਅਬੋ ਆ। ਹੁਣ ਕੋਸ਼ਿਸ਼ ਤਾਂ ਕਰਦੇ ਆ, ਇੱਕ ਗੱਲ ਵਾ, ਉਹ ਸਾਡਾ ਮੁਲਕ ਵਾ ਕੁੜੀਏ, ਅਸੀਂ ਉਸ ਮੁਲਕ 'ਚੋਂ ਆਣ ਕੇ ਤਰੱਕੀ ਕੀਤੀ ਆ, ਉਹ ਮੁਲਕ ਆਪਾਂ ਮੁਲਕ 'ਤੇ ਆ ਸਾਡਾ, ਉੱਥੇ ਉਸ ਮੁਲਕ ਨਾਲ ਅਸੀਂ ਮੁਲਕ ਨੇ, ਤਾਂ ਹੀ ਸਾਨੂੰ ਦੁੱਖ ਵੀ ਤਾਂ ਦੁੱਖ ਵੀ ਆ ਛੱਡ ਕੇ ਰਾਜੀ। ਬਾਬਾ ਜੀ ਟਾਈਮ ਸਾਡੇ ਕੋਲ ਹੁਣ ਸਿਰਫ 1 ਮਿੰਟ ਰਹਿ ਗਿਆ, ਤੇ ਤੁਸੀਂ ਜਲਦੀ ਨਾਲ ਆਪਣਾ ਮੈਸੇਜ ਦੇ ਦਿਓ। ਤੁਹਾਡਾ ਮੈਸੇਜ ਮੈਂ ਚਾਹੁੰਦੀ ਆ ਕਿ ਜ਼ਰੂਰ ਤੁਸੀਂ ਉਹਨਾਂ ਨੂੰ ਕੀ ਕਹੋਗੇ ਕਿ ਕਸਰਤ ਕਰਨ ਨੂੰ ਕੀ ਕਰਨ ਉਹ। ਹਰ ਕੋਈ ਆਦਮੀ ਬਾਹਰ ਨੂੰ ਨਿਕਲਦਾ, ਮੈਂ ਤਾਂ ਕਹਿੰਦਾ ਵੀ ਇਹਦੇ ਕੋਲੋਂ ਜੇ ਵੱਜ ਜਾਣ, ਗੌਰਮੈਂਟ ਵੀ ਹੁਣ ਲੱਗੀ ਹੋਈ ਆ ਬਚਾਉਣ, ਅਤੇ ਜੇ ਗੌਰਮੈਂਟ ਵੀ ਬਚਾਵੇ, ਸਾਰੇ ਜਾਣੇ ਇਸ ਗੱਲ ਨੂੰ ਦਿਲੀ ਬਚਾਉਣ ਲੱਗਣ। ਅੱਗੇ ਦਿਲੀ ਨਹੀਂ ਬਚਾਉਂਦੇ ਸੀ, ਉਹ ਗੁਰਦੁਆਰਿਆਂ ਤੋਂ ਪੈਸੇ ਲੈ ਕੇ ਕਹਿੰਦੇ ਸੀ ਮੈਂ ਅਮਲ ਛਡਾਉਣਾ, ਐਂ ਛਡਾਉਣਾ, ਜੇ ਦਿਲੀ ਬਚਾਉਣ ਲੱਗਣ ਤਾਂ ਬਚ ਸਕਦਾ। ਇਹ ਨਹੀਂ ਕਿਹੜੀ ਗੱਲ ਵਾ, ਇਹ ਕਿਹੜੀ ਗੱਲ, ਚੋਰੀਆਂ ਲੱਗਣੀਆਂ ਹਟ ਜਾਂਦੀਆਂ, ਬੜਬੜੀਆਂ ਗੱਲਾਂ ਹਟ ਜਾਂਦੀਆਂ, ਇਹ ਗੱਲ ਤਾਂ ਕੋਈ ਬੜੀ ਨਹੀਂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਾਬਾ ਜੀ, ਤੇ ਮੈਨੂੰ ਹੁਣ ਇੱਥੇ ਹੀ ਇਜਾਜ਼ਤ ਲੈਣੀ ਪਵੇਗੀ ਤੁਹਾਡੇ ਕੋਲੋਂ। ਅੱਜ ਮੇਰਾ ਦਿਲ ਬਹੁਤ ਖੁਸ਼ ਹੋਇਆ ਕਿ ਤੁਸੀਂ ਮੇਰਾ ਨਿਮਾਣੀ ਦਾ ਮਾਣ ਰੱਖਿਆ, ਔਰ ਮੇਰੇ ਬੁਲਾਉਣ ਤੇ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਤੁਹਾਡੇ ਨਾਲ ਬੜੀਆਂ ਗੱਲਾਂ ਕੀਤੀਆਂ, ਤੇ ਟਾਈਮ ਦੀ ਸ਼ੋਰਟੇਜ ਹੋਣ ਕਰਕੇ ਅਸੀਂ ਸ਼ਾਇਦ ਹੋਰ ਵੀ ਗੱਲਾਂ ਕਰਨਾ ਚਾਹੁੰਦੇ ਸੀ, ਉਹ ਨਹੀਂ ਕਰ ਸਕੇ।
ਘਰ ਤੂੰ ਪੋਤਿਆਂ ਪੋਤੀਆਂ ਪਾ ਲਾ ਆਪਣੀਆਂ ਇੰਨੀਆਂ ਲੈ ਕੁੜੀਆਂ ਪੜ੍ਹੀਆਂ ਲਿਖੀਆਂ ਪਾ ਲਾ ਮੈਂ ਆਪਣੀਆਂ ਪੋਤੀਆਂ ਆਪਾਂ ਗੱਲਾਂ ਕਰ ਰਹੇ ਤੇ ਮੈਂ ਕਰ ਰਹੀ ਹਾਂ ਕਿੱਥੇ ਆ ਲਾਭ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇਰਾ ਤੁਹਾਡਾ ਥੈਂਕ ਯੂ ਔਰ ਅਗਲੇ ਹਫਤੇ ਤੁਹਾਡੇ ਨਾਲ ਮੇਰੀ ਮੁਲਾਕਾਤ ਫਿਰ ਹੋਵੇਗੀ ਤੁਸੀਂ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਅੱਜ ਦਾ ਪ੍ਰੋਗਰਾਮ ਵਾਚ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਹੁਣ ਮੇਰੇ ਵੱਲੋਂ ਇਜਾਜ਼ਤ ਤੇ ਸਤਿ ਸ਼੍ਰੀ ਅਕਾਲ ਮੈਂ ਵੀ ਕਹਿੰਦਾ ਜੋ ਮੇਤੋਂ ਕਿਸੇ ਦੇ ਖਿਲਾਫ ਵੀ ਗੱਲ ਨਿਕਲ ਗਈ ਹੋਵੇ ਹੈ ਨਾ ਮੈਨੂੰ ਮਾਫ ਕਰਨਾ ਮੈਂ ਅੱਬਲ ਤਾਂ ਆਪਣੇ ਦਿਲੋਂ ਲਾ ਕੇ ਤਾਂ ਨਹੀਂ ਕਹਿੰਦਾ ਕਿਉਂ ਮੇਰਾ ਕੋਈ ਸ਼ਰੀਕਾ ਨਹੀਂ ਮੈਂ ਸਾਰਿਆਂ ਦਾ ਇੱਕੋ ਜਿਹਾ ਮੈਂ ਤਾਂ ਹੁਣ ਆਪਣਿਆਂ ਵਾਂਗ ਹੀ ਸਾਰੀ ਪੰਜਾਬੀ ਬੰਦਿਆਂ ਨੂੰ ਪਾਕਿਸਤਾਨੀਆਂ ਨੂੰ ਵੀ ਆਪਣਿਆਂ ਨੂੰ ਸਾਰਿਆਂ ਨੂੰ ਇੱਕੋ ਜਿਹਾ ਸਮਝਦਾ ਜਿੱਦਾਂ ਮੇਰੀ ਹੁਣ ਉਮਰ ਦੇ